ਮੈਂ ਨਹੀਂ ਕਹਿੰਦਾ, ਦਮਦਨਾ ਸਾਹਿਬ ਕੰਨੀ ਹੱਥ ਕਰਕੇ ਕਿਹਾ ਸੀ ਕਿ ਜਿਹੜਾ ਆਮ ਬੰਦਾ ਕਹਿੰਦਾ ਮੈਂ 4 ਹਫ਼ਤਿਆਂ 'ਚ ਬੰਦ ਨਸ਼ਾ ਕਰਦੂ, ਰਾਜਾ ਕਹਿੰਦਾ ਸੀ, ਉਹਨੂੰ ਕਿਹੜਾ ਕਿਸੇ ਨੇ ਕਿਹਾ ਸੀਗਾ? ਚੋਰਾਂ ਨਾਲ ਕੁੱਤੀ ਰਲੀ ਆ। ਜਦੋਂ ਰਾਜੇ ਨੂੰ ਪਤਾ ਸੀ ਚੋਣਾਂ ਤੋਂ ਪਹਿਲਾਂ ਵੀ ਮਜੀਠੀਆ ਨਸ਼ੇ ਦਾ ਸੌਦਾਗਰ ਆ, ਗਲ 'ਚ ਹੱਥ ਕਿਉਂ ਨਹੀਂ ਪਾਇਆ ਬਾਈ? ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਮਹਾਰਾਜ ਸਾਹਿਬ ਅੱਜ ਹੀ ਕਰ ਦੇਣਗੇ, ਉਹਨਾਂ ਦੀ ਕੋਸ਼ਿਸ਼ ਜਾਰੀ ਹੈ। ਅਜੇ ਤਾਂ 2 ਸਾਲ ਹੀ ਹੋਇਆ, ਬਾਦਲ ਸਾਹਿਬ ਨੇ 10 ਸਾਲ 'ਚ ਹੀ ਕਰਤਾ। ਮੈਂ ਇੱਕ ਇਹ ਬੇਨਤੀ ਕਰਦਾ ਵੀ ਮੈਨੂੰ ਇੱਕ ਕੰਮ ਕਾਂਗਰਸ ਸਰਕਾਰ ਵਾਲੇ ਇਸ ਪਿੰਡ ਦਾ ਗਿਣਾ ਦੇਣ ਵੀ ਅਸੀਂ ਆਹ ਕੰਮ ਕੀਤਾ। ਅਸੀਂ ਦੇਖਦੇ ਆ, ਦੇਖਦੇ ਨਹੀਂ, ਮੈਂ ਤਾਂ ਕਹਿਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਇਹ ਬੁੱਢਾ ਪੰਜਾਬ ਬਣ ਜਾਏਗਾ। ਇੱਕ ਐਡ ਆਉਂਦੀ ਹੈ ਅੱਜ ਕੱਲ ਤੇ ਕੈਪਟਨ ਸਰਕਾਰ ਵਾਧਾ ਪੰਜਾਬ, ਪਤਾ ਨਹੀਂ ਕਿੱਥੇ ਵੱਧ ਗਿਆ। ਪੰਛੀ ਕਿਉਂ ਗੁੰਮਸੁੰਮ ਨੇ, ਪੱਤੇ ਕਿਉਂ ਚੀਕ ਰਹੇ, ਆਓ ਮਿਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇ, ਇਹ ਮੌਸਮ ਠੀਕ ਰਹੇ। ਅਜੀਤ ਵੈਬ ਟੀਵੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਵਿੰਦਰ ਸਿੰਘ ਜੌੜਾ ਆਪਣੇ ਸਹਿਯੋਗੀ ਸਰਦਾਰ ਨੈਬ ਸਿੰਘ ਸਿੱਧੂ ਜੀ ਨਾਲ, ਅਸੀਂ ਅੱਜ ਲੋਕ ਸਭਾ ਹਲਕਾ ਬਠਿੰਡਾ ਜੋ ਕਿ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਹਲਕਾ ਗਿਣਿਆ ਜਾਂਦਾ, ਉਸਦੇ ਇੱਕ ਪਿੰਡ ਪੁੱਛੋ ਖੁਰਦ ਵਿਖੇ ਪਹੁੰਚੇ ਹਾਂ ਲੋਕਾਂ ਦੀ ਕਚਹਿਰੀ ਪ੍ਰੋਗਰਾਮ ਲੈ ਕੇ ਅਜੀਤ ਵੈਬ ਟੀ ਵੀ ਵਾਸਤੇ। ਆਓ ਆਪਾਂ ਦੇਖਦੇ ਹਾਂ ਕਿ ਇਹਨਾਂ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਉਮੀਦਵਾਰ ਜੋ ਚੋਣ ਲੜ ਰਹੇ ਹੈ ਅਤੇ ਜੋ ਸਿਟਿੰਗ ਸਾਡੀ ਸਰਕਾਰਾਂ ਨੇ ਉਹਨਾਂ ਨੇ ਕੀ ਕੰਮ ਕਰਵਾਇਆ ਹੈ ਅਤੇ ਲੋਕਾਂ ਦੇ ਕੀ ਮੁੱਦੇ ਜਾਂ ਮਸਲੇ ਬਾਕੀ ਹੈ। ਆਪਣੇ ਵਿੱਚ ਬਹੁਤ ਸਾਰੇ ਲੋਕ ਪਹੁੰਚੇ ਆ ਜਿਨ੍ਹਾਂ ਵਿੱਚ ਕਾਂਗਰਸੀ, ਅਕਾਲੀ, ਕਿਸਾਨ ਯੂਨੀਅਨ ਵਾਲੇ ਵੀ ਹੈ। ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਕੀ ਮੁੱਦੇ ਆ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਣੀ, ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਕੀ ਮਸਲੇ ਨੇ। ਹਣੀ ਜੀ, ਮੇਰਾ ਨਾਮ ਅਮਰਜੀਤ ਹਣੀ ਹੈ, ਮੈਂ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਬਠਿੰਡੇ ਦਾ ਕਨਵੀਨਰ ਹਾਂ। ਸਾਡਾ ਜਿਹੜਾ ਮੇਨ ਮੁੱਦਾ ਉਹ ਹੈਗਾ ਖੇਤੀ ਦੇ ਨਾਲ ਜੁੜਿਆ ਪਿਆ। ਜਿਹੜੀ ਵੀ ਸਰਕਾਰ ਆਉਂਦੀ ਆ, ਹਰ ਸਰਕਾਰ ਸਾਨੂੰ ਚੋਣਾਂ ਵੇਲੇ ਵਾਅਦੇ ਕਰਦੇ ਆ ਕਿ ਪਹਿਲਾਂ ਵਾਲੀ ਸਰਕਾਰ ਨੇ, ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ 2014 ਦੇ ਵਿੱਚ ਕਿ ਸਮੌਮੀ ਨਾਥ ਸਿਫਾਰਸਾਂ ਦੇ ਮੁਤਾਬਕ ਕਿਸਾਨਾਂ ਨੂੰ ਜਿਹੜਾ ਉਹਦਾ ਫਸਲਾਂ ਦਾ ਭਾਅ ਦਿੱਤਾ ਪਲੱਸ 50% ਮੁਨਾਫਾ, ਜਾਣੀ ਕਿ ਪੂਰੇ 5 ਸਾਲ ਹੋ ਗਏ ਅੱਜ ਤੱਕ ਮੋਦੀ ਦੀ ਜਿਹੜੀ ਉਹ ਸਿਫਾਰਸ਼ ਸੀ ਉਹ ਸਾਨੂੰ ਲੱਭੀ ਨਹੀਂ। ਜੇ ਮੌਜੂਦਾ ਸਰਕਾਰ ਦੀ ਗੱਲ ਕਰਨੀ ਹੋਵੇ, ਮੌਜੂਦਾ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਣਦਿਆਂ ਸਾਰਾ ਕਿਸਾਨਾਂ ਦਾ ਕਰਜ਼ਾ, ਟੋਟਲ ਆੜ੍ਹਤੀਆਂ ਦਾ, ਬੈਂਕਾਂ ਦਾ, ਉਹ ਵੀ ਖਤਮ ਕਰਾਂਗੇ। ਮੇਰਾ ਖੁਦ ਸਟੈਟੀ ਦਾ ਕਰਜ਼ਾ ਸਿਰਫ 4 ਏਕੜ ਵਾਲਾ ਜ਼ਮੀਨ ਆ, ਅੱਜ ਤੱਕ ਮੈਨੂੰ ਕਰਜ਼ਾ ਮਾਫੀ ਦੇ ਦਰਸ਼ ਨਹੀਂ ਹੋਏ। ਹੁਣ ਵੀ ਸਾਡੇ ਮੇਨ ਮੁੱਦਾ ਕਰਜ਼ਾ ਅਤੇ ਜਿਹੜੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ ਉਹਨਾਂ ਦੇ ਪਰਿਵਾਰਾਂ ਨੂੰ ਬਾਹਰ ਸਾਨੂੰ ਇੱਕ ਇੱਕ ਜੀ ਨੂੰ ਨੌਕਰੀ, ਅਤੇ ਜਿਹੜੇ ਸਾਡੇ ਬੱਚੇ ਪੜ੍ਹੇ ਹੋਏ ਆ ਉਹਨਾਂ ਲਈ ਰੁਜ਼ਗਾਰ ਮੁਹੱਈਆ, ਪਰ ਸਾਨੂੰ 2 ਸਾਲਾਂ ਦੇ ਵਿੱਚ ਰੁਜ਼ਗਾਰ ਦਾ ਕਦੇ ਨਾਂ ਨਹੀਂ ਦੇਖਿਆ ਅਤੇ ਕਰਜ਼ਾ ਮਾਫੀ ਵਾਲਾ ਤੁਸੀਂ ਦੇਖਣਾ ਕੀ ਆ। ਇਹ ਸਰਕਾਰਾਂ ਦੀਆਂ ਜਿਹੜੀਆਂ ਹੁਣ ਵੀ ਸਾਡੀ ਮੇਨ ਮੰਗ ਕਰਜ਼ੇ ਵਾਲੀ ਆ। ਤਾਂ ਸਭ ਤੋਂ ਮਹੱਤਵਪੂਰਨ ਮੁੱਦਾ ਇਹਨਾਂ ਕਿਹਾ ਕਿਸਾਨੀ ਕਰਜ਼ਿਆਂ ਦਾ, ਕਿਸਾਨਾਂ ਕਰਜ਼ਿਆਂ ਦੇ ਵਿੱਚ ਨਪੀੜੇ ਕਿਸਾਨ ਖੁਦਕੁਸ਼ੀ ਕਰ ਰਹੇ ਆ, ਗੱਲ ਕੀਤੀ ਇਹਨਾਂ ਨੇ। ਤਾਂ ਆਪਾਂ ਗੱਲ ਕਰਾਂਗੇ, ਸਾਡੇ ਵਿੱਚ ਕਾਂਗਰਸ ਦੇ ਮੌਜੂਦ ਨੇ ਸਰ ਕਰਮਜੀਤ ਸਿੰਘ। ਕਰਮਜੀਤ ਸਿੰਘ ਜੀ, ਕਰਜ਼ਿਆਂ ਦੀ ਗੱਲ ਚੱਲੀ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਵਾਅਦਾ ਕੀਤਾ ਸੀ ਕਿ ਕਿਸਾਨੀ ਕਰਜ਼ੇ ਮਾਫ਼ ਕਰਾਂਗੇ, ਖੁਦਕੁਸ਼ੀ ਨੂੰ ਠੱਲ ਪਾਵਾਂਗੇ, ਕੀ ਕਹਿਣਾ ਤੁਹਾਡੇ? ਇਹਦੇ ਵਿੱਚ ਆਇਆ ਜੀ, ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਮਾਫ਼ੀ ਦੇਵਾਂਗੇ ਕਰਜ਼ਿਆਂ ਦੇ ਵਿੱਚ। ਇਦੋਂ ਪਿਛਲੀ ਸਰਕਾਰ ਨੇ ਕਿਸੇ ਦੇ 5 ਪੈਸੇ ਮਾਫ਼ ਨਹੀਂ ਕੀਤੇ ਅਜੇ ਤੱਕ। ਇਹ ਸਰਕਾਰ ਨੇ ਵਾਅਦਾ ਕੀਤਾ 2 ਲੱਖ ਤੱਕ ਦੀ ਮਾਫ਼ੀ ਹੋਈ ਜਾਂਦੀ ਹੈ, 5 ਏਕੜ ਤੱਕ ਜੋ ਕਿਹਾ ਸੀ, ਵਾਅਦਾ ਕੀਤਾ ਸੀ ਵੀ ਮਾਫ਼ ਕਰਾਂਗੇ ਪੈਸੇ, ਉਹਦਾ ਹੁਣ ਚੋਣ ਜ਼ਾਬਤਾ ਲਾਗੂ ਹੋ ਗਿਆ, ਉਦੋਂ ਬਾਅਦ ਕਰਨਗੇ। ਜੋ ਪੈਨਸ਼ਨ ਦੀ ਗੱਲ ਆਉਂਦੀ ਸੀ ਮੁੱਦੇ ਚੱਕਿਆ ਦੇ ਪੈਨਸ਼ਨ ਦੇ, ਇਦੋਂ ਪਹਿਲਾਂ 500 ਤੋਂ ਵੱਧ ਬਾਦਲ ਸਾਹਿਬ ਨੇ 250 ਵਧਾਇਆ ਸੀ, ਉਦੋਂ ਬਾਅਦ 500 ਹੋਇਆ ਸੀ, 500 ਕਰਤਾ, ਹੁਣ 750 ਕਰਤਾ। ਇਹ ਹੌਲੀ ਹੌਲੀ ਸਿਸਟਮ ਦੇ ਹਿਸਾਬ ਨਾਲ 2000 ਦਾ ਵਾਅਦਾ ਕੀਤਾ, 2000 ਤੱਕ ਕੀਤੀ ਜਾਊਗੀ। ਹਾਂ ਕਹਿੰਦੇ ਜੀ 2 ਲੱਖ ਤੱਕ ਦਾ ਕਰਜ਼ਾ ਮਾਫ਼ ਕੀਤਾ ਗਿਆ, ਪੈਨਸ਼ਨ ਵੀ 250 ਵਧਾ ਕੇ 750 ਕੀਤੀ ਗਈ ਹੈ। ਬਾਬਾ ਜੀ ਤੁਸੀਂ ਦੱਸੋ, ਤੁਹਾਨੂੰ ਪੈਨਸ਼ਨ ਮਿਲਦੀ ਹੈ? ਪੈਨਸ਼ਨ ਮਿਲਦੀ ਹੈ ਜੀ ਸਾਨੂੰ। ਕਿੰਨੀ ਮਿਲਦੀ ਹੈ ਜੀ? ਸਾਨੂੰ ਮਿਲਦੀ ਹੈ 750। 750 ਤੋਂ ਕੀ ਤੁਸੀਂ ਸੰਤੁਸ਼ਟ ਹੋ? ਅਸੀਂ ਉਹ ਤਾਂ ਖਰ ਆਏ ਵੀ ਸਾਨੂੰ ਪੈਨਸ਼ਨ ਜਿਵੇਂ ਹੁਣ ਇੱਧਰ ਸਰਕਾਰ ਦੂਜੀ ਦੇ ਰਹੀ ਹੈ ਅਤੇ ਉਸ ਦੇ ਬਰਾਬਰ ਹੋਣੀ ਚਾਹੀਦਾ ਹੈ। ਇਹ ਵੀ ਪੈਨਸ਼ਨਾਂ 'ਚ ਮਤਲਬ ਵੀ ਕਰ ਰਹੇ ਆ ਹੇਰਾ ਫੇਰੀਆਂ ਵੀ ਪੈਨਸ਼ਨ ਸਾਨੂੰ ਜਿਵੇਂ ਇੱਧਰ ਹਰਿਆਣੇ 'ਚ ਮਿਲ ਰਹੀ ਹੈ ਉਸ ਦੇ ਬਰਾਬਰ ਹੋਣੀ ਚਾਹੀਦੀ ਹੈ। ਪੈਨਸ਼ਨਾਂ ਤਾਂ ਅਕਸਰ ਬੁਢੇਪਾ ਤਾਂ ਪੈਨਸ਼ਨ ਤਾਂ ਹਰੇਕ ਦਾ ਇੱਕੋ ਜਿਹਾ ਹੱਕ ਹੈ। ਇਹਦੇ ਬਾਰੇ ਜਿਹੜਾ ਕਰਜ਼ੇ ਬਾਰੇ ਦੱਸ ਦੇਣ, ਮੇਰਾ 2.5 ਲੱਖ ਰੁਪਇਆ ਕਰਜ਼ਾ ਸੀਗਾ, ਸਮਝ ਲਓ 2.5 ਕਿੱਲਾ ਜ਼ਮੀਨ ਆਉਂਦੀ ਹੈ ਮੈਨੂੰ, ਅਤੇ ਉਹਦਾ ਮੇਰਾ ਕੋਈ ਕਰਜ਼ਾ ਨਹੀਂ ਮਾਫ਼ ਹੋਇਆ। ਐਵੇਂ ਕਰਜ਼ੇ ਦੇ ਇਹਨਾਂ ਨੇ ਕਰੇ ਤਾਂ ਸੀ ਵੀ ਅਸੀਂ ਬਹਾਨੇ ਲਾਏ ਸੀ ਵੀ ਕਰਜ਼ਾ ਮਾਫ਼ ਕਰਾਂਗੇ, ਸਾਡਾ ਕੋਈ ਕਰਜ਼ਾ ਨਹੀਂ ਮਾਫ਼, ਇੰਨੇ ਕਹਿਣਾ। ਕਰਜ਼ਾ ਕਹਿੰਦੇ 1.5 ਕਿੱਲਾ ਜ਼ਮੀਨ ਹੈ ਫਿਰ ਵੀ ਕਰਜ਼ਾ ਮਾਫ਼ ਨਹੀਂ ਹੋਇਆ, ਪੈਨਸ਼ਨ 750 ਜ਼ਰੂਰ ਮਿਲ ਰਹੀ ਹੈ ਪਰੰਤੂ ਹਰਿਆਣਾ ਦੇ ਵਿੱਚ ਪੈਨਸ਼ਨ ਜ਼ਿਆਦਾ ਹੈ, ਇਸ ਕਰਕੇ ਪੰਜਾਬ ਦੇ ਵਿੱਚ ਵਿਤਕਰਾ ਹੋ ਰਿਹਾ। ਸਾਡੇ ਵਿੱਚ ਮੌਜੂਦ ਨੇ ਅਕਾਲੀ ਦਲ ਦੇ ਸੁਖਚੈਨ ਸਿੰਘ ਬਰਾੜ ਜੀ। ਸੁਖਚੈਨ ਜੀ ਕੀ ਕਹਿਣਾ ਤੁਹਾਡੇ ਬਾਰੇ?
ਦੇਖੋ ਜੀ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਿਛਲੇ 70 ਸਾਲਾਂ ਤੋਂ ਜੇ ਆਪਾਂ ਵੇਖੀਏ ਵੀ ਵੋਟਾਂ ਪੈਂਦੀਆਂ ਨੂੰ ਹੋ ਗਈਆਂ ਅਤੇ ਕਾਂਗਰਸ ਸਰਕਾਰ ਹੀ ਹੁਣ ਤੱਕ ਹੋਂਦ ਦੇ ਵਿੱਚ ਜ਼ਿਆਦਾਤਰ ਰਹੀ ਹੈ, ਪਰ ਸਰਕਾਰ ਨੇ ਕੀਤਾ ਕੀ ਹੈ, ਜਿਹੜੀ ਆਪਾਂ ਖੜੰਜੇ 'ਤੇ ਅੱਜ ਇੱਥੇ ਖੜ੍ਹੇ ਹਾਂ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਜੇ ਆਪਾਂ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਸਾਰੀ ਉਹਨਾਂ ਦੀ ਦੇਣ ਹੈ। ਸਾਡੇ ਪਿੰਡ ਦੀ ਜਿਹੜੀ ਮੇਨ ਸਮੱਸਿਆ ਸੀ ਉਹ ਇਹ ਸੀਗੀ ਵੀ ਸਾਡੇ ਪਿੰਡ ਦਾ ਜਿਹੜਾ ਛੱਪੜਾਂ ਦਾ ਪਾਣੀ ਸੀਗਾ ਜਾਂ ਨਿਕਾਸੀ ਦਾ ਪਾਣੀ ਸੀ ਉਹ ਜਿਹੜਾ ਜਾਂਦਾ ਹੁੰਦਾ ਸੀ ਡਿਫੈਂਸ 'ਚ ਛਾਉਣੀ ਦੇ ਵਿੱਚ, ਜਿੱਥੇ ਮਤਲਬ ਉਹਨਾਂ ਨੇ ਸਾਫ਼ ਤੌਰ 'ਤੇ ਜਿਹੜਾ ਸਾਡਾ ਸਾਰਾ ਪਾਣੀ ਛੱਪੜਾਂ ਦਾ ਸੀਗਾ ਅਤੇ ਜਾਂ ਜਦੋਂ ਇੱਥੇ ਮੀਂਹ ਦੀ ਬਰਸਾਤ ਜ਼ਿਆਦਾ ਹੋ ਜਾਂਦੀ ਸੀ ਸਾਡਾ ਸਾਰਾ ਪਾਣੀ ਜਿਹੜਾ ਗਲੀਆਂ ਨਾਲੀਆਂ ਵਾਲਾ ਇਕੱਠਾ ਹੋ ਕੇ ਛੱਪੜਾਂ 'ਤੇ, ਛੱਪੜਾਂ ਦਾ ਪਾਣੀ ਜਿਹੜਾ ਜਾਂਦਾ ਹੁੰਦਾ ਸੀ ਛਾਉਣੀ ਦੇ ਵਿੱਚ, ਉਹਨਾਂ ਨੇ ਰਿਟਨ ਦੇ ਵਿੱਚ ਸਾਨੂੰ ਇਹ ਲਿਖਤੀ ਰੂਪ 'ਚ ਕਹਿਤਾ ਛਾਉਣੀ ਵਾਲਿਆਂ ਨੇ ਵੀ ਭਾਈ ਜਿਹੜਾ ਤੁਹਾਡਾ ਆਪਦਾ ਪਿੰਡ ਦਾ ਪਾਣੀ ਹੈ ਇਹਨੂੰ ਜਿੱਥੇ ਮਰਜ਼ੀ ਰੱਖੋ, ਜਿੱਥੇ ਮਰਜ਼ੀ ਦਾ ਪ੍ਰਬੰਧ ਕਰੋ, ਪਰ ਸਾਡੇ ਇੱਥੇ ਨਹੀਂ ਆਉਣਾ ਚਾਹੀਦਾ। ਤਕਰੀਬਨ ਅੱਜ ਤੋਂ ਮੈਂ ਕਹਿੰਦਾ ਵੀ 6-7 ਸਾਲ ਪੁਰਾਣੀ ਇਹ ਗੱਲ ਹੈ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਅਸੀਂ ਬੇਨਤੀ ਕੀਤੀ ਸਰਦਾਰ ਜਗਸੀਰ ਸਿੰਘ ਕਲਿਆਣ ਜੀਆਂ ਨੂੰ ਅਤੇ ਉਹਨਾਂ ਨੇ ਸਾਡੀ ਬਾਂਹ ਫੜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀਆਂ ਕੋਲ ਲੈ ਗਏ ਅਤੇ ਸਾਨੂੰ 32 ਲੱਖ ਰੁਪਈਆ ਜਿਹੜਾ ਨਗਦੀ 'ਚ ਉਹਨਾਂ ਨੇ ਦਿੱਤਾ ਅਤੇ ਅਸੀਂ ਆਪਦੇ ਪਿੰਡ ਦੀ ਪਾਈਪਲਾਈਨ ਜਿਹੜੀ ਪਾਈ ਹੈ। ਅਤੇ ਅੱਜ ਕੀ ਹਾਲਾਤ ਹੈ, ਜੇ ਕੋਈ ਬਾਰਿਸ਼ ਆਉਂਦੀ ਹੈ ਜਾਂ ਕੋਈ ਜ਼ਿਆਦਾ ਮਤਲਬ ਜੇ ਆਪਾਂ ਹੜ੍ਹਾਂ ਦਾ ਰੂਪ ਵੀ ਦੇਖ ਲਈਏ, ਜੇ ਉਹ ਆਉਂਦੇ ਆ ਤਾਂ ਸਾਡੇ ਪਿੰਡ ਦਾ ਪਾਣੀ ਹੈ ਜਿਹੜਾ ਉਹ ਨਿਕਲ ਕੇ ਕੱਸੀ ਦੇ ਵਿੱਚ ਪੈਂਦਾ। ਪਾਈਪਲਾਈਨ ਵਧੀਆ ਚੱਲ ਰਹੀ ਹੈ, ਚਲੋ ਸਮੱਸਿਆਵਾਂ ਆਉਂਦੀਆਂ, ਕਈ ਵਾਰੀ ਪਾਣੀ ਖੜ੍ਹ ਜਾਂਦਾ ਉਹਨੂੰ ਅਸੀਂ ਮੁਰੰਮਤ ਕਰਾ ਲੈਂਦੇ ਹਾਂ, ਪਰ ਜਿਹੜੀ ਵੱਡੀ ਗੱਲ ਸੀ ਸਾਡੇ ਪਿੰਡ ਦੀ ਪਾਈਪਲਾਈਨ ਅੱਜ ਵਧੀਆ ਪਈ ਵੀ ਹੈ ਅਤੇ ਨਹੀਂ ਕੀ ਹੋਣਾ ਸੀ, ਸਾਡਾ ਜਿਹੜਾ ਉਹ ਪਾਣੀ ਸੀ ਉਹਨਾਂ ਨੇ ਬੰਦ ਕਰਤਾ ਸੀ, ਸਾਡੇ ਘਰਾਂ 'ਚ ਆਉਣਾ ਸੀ, ਸਾਡੇ ਘਰ ਡਿੱਗਦੇ ਸਾਡੇ ਘਰਾਂ ਦੇ ਵਿੱਚ ਪਾਣੀ ਵੜਨਾ ਸੀ। ਅਤੇ ਦੂਜੀ ਜੇ ਮੈਂ ਕੋਈ ਗੱਲ ਆਖਾਂ, ਸਰਦਾਰ ਸੁਖਬੀਰ ਸਿੰਘ ਬਾਦਲ ਜੀਆਂ ਦੇ ਜਿੱਥੇ ਸੇਵਾ ਕੇਂਦਰ ਖੋਲ੍ਹੇ ਪਿੰਡ ਪਿੰਡ 'ਚ ਜਾ ਕੇ 3500 ਮੁਲਾਜ਼ਮ ਜਿਹੜਾ ਕੈਪਟਨ ਸਾਹਿਬ ਨੇ ਆਉਂਦੇ ਸਾਰ ਹੀ ਕੱਢਤਾ, ਜਿਹਦੀ ਕੋਈ ਸਾਰ ਨਹੀਂ, ਜਿੱਥੇ ਕੈਪਟਨ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ, ਆਉਣ ਸਾਰ ਹੀ ਉਹਨਾਂ ਨੇ ਨੌਕਰੀਆਂ ਬੰਦ ਕਰਕੇ ਨੌਕਰੀਆਂ ਦੇਣੀਆਂ ਤਾਂ ਅੱਡ ਗੱਲ ਹੈ, ਪਰ ਨੌਕਰੀਆਂ ਤੋਂ ਲੋਕ ਕੱਢਣ ਲਾਤੇ, ਜਵਾਕ ਕੱਢਣ ਲਾਤੇ, ਬੇਰੁਜ਼ਗਾਰੀ ਕਰਤੀ। ਆਪਾਂ ਪੁੱਛਦੇ ਹਾਂ ਆਮ ਆਦਮੀ ਪਾਰਟੀ ਦੇ ਲਛਮਣ ਦਾਸ ਸ਼ਰਮਾ ਜੀ ਤੋਂ ਕਿ ਇਹਨਾਂ ਪ੍ਰਾਪਤੀਆਂ ਬਾਰੇ ਕੀ ਕਹਿਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਲਛਮਣ ਸ਼ਰਮਾ, ਆਮ ਆਦਮੀ ਪਾਰਟੀ ਦਾ ਭੁੱਚੋ ਖੁੱਟ ਦਾ ਮੈਂਬਰ। ਜਿਹੜੀਆਂ ਸਰਕਾਰਾਂ ਆਈਆਂ ਹੁਣ ਤੱਕ, ਪਹਿਲਾਂ ਅਕਾਲੀ ਦਲ ਸੀ, ਅਕਾਲੀ ਦਲ ਦੀਆਂ ਗੱਲਾਂ ਕੀਤੀਆਂ ਵੀ ਸੜਕਾਂ ਬਣਾਤੀਆਂ, ਅਸੀਂ ਆਮ ਲੋਕਾਂ ਤੋਂ ਸੁਣਦੇ ਹਾਂ ਸੜਕਾਂ ਬਣਾਤੀਆਂ, ਪ੍ਰਾਈਵੇਟ ਠੇਕੇਦਾਰਾਂ ਤੋਂ ਪੈਸੇ ਲੈ ਕੇ ਜਾਂ ਉਹਨਾਂ ਨੂੰ ਠੇਕੇ ਦੇ ਕੇ ਸੜਕਾਂ ਬਣਾਤੀਆਂ। ਹੁਣ ਅਸੀਂ ਕਿੰਨੇ ਖੱਜਲ ਖੁਆਰ ਹੋ ਰਹੇ ਹਾਂ, ਜੇ ਰਾਮਪੁਰੇ ਵੀ ਜਾਣਾ ਤਾਂ 85 ਰੁਪਏ ਉਹਨਾਂ ਨੂੰ ਦੇਣੇ ਪੈਂਦੇ ਆ। ਉੱਥੇ ਤਰ੍ਹਾਂ ਤਰ੍ਹਾਂ ਦੇ ਨਿਯਮ ਲਾਤੇ ਆ ਪਰ ਲਾਗੂ ਨਹੀਂ ਹੋ ਰਹੇ। ਅੱਜ ਕੱਲ੍ਹ ਹੁਣ ਕਾਂਗਰਸ ਦੀ ਮੌਜੂਦਾ ਸਰਕਾਰ ਚੱਲ ਰਹੀ ਹੈ, ਇੰਨੇ ਗੱਪ ਮਾਰੇ ਮਹਾਰਾਜਾ ਸਾਹਿਬ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਵੀ 2500 ਰੁਪਏ ਮੈਂ ਪੈਨਸ਼ਨ ਦੇਊਂਗਾ, ਘਰ ਘਰ ਨੌਕਰੀ ਦੇਊਂਗਾ, ਜਾਂ ਜਿਹੜੇ ਸਮੁੱਚੇ ਕਰਜ਼ੇ ਹੋਣਗੇ ਮੈਂ ਉਹ ਮਾਫ਼ ਕਰ ਦੇਊਂਗਾ। ਇਹਨਾਂ ਨੇ ਕੁਛ ਨਹੀਂ ਕੀਤਾ, ਉਸ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਸਹੁੰ ਖਾ ਕੇ ਵੀ ਕੁਛ ਨਹੀਂ ਕੀਤਾ। ਅੱਜ ਮੇਰੇ ਪਿੰਡ ਦੇ ਵਿੱਚ ਹੀ ਇੱਕ ਬੁਲਾਰੇ ਨੇ ਬੋਲਿਆ ਕਿ ਸਾਨੂੰ ਪਤਾ ਹੈ ਕਿ ਬਾਦਲਾਂ ਸਰਕਾਰ ਨੇ ਹੁਕਮ ਦਿੱਤਾ, ਜਿਹੜੇ ਉੱਥੇ ਕਾਂਡ ਹੋਏ, ਸਮੇਲ ਸੈਣੀ ਨੇ ਗੋਲੀ ਚਲਾ ਕੇ ਬੰਦੇ ਮਾਰੇ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੁਹਾਨੂੰ ਪਤਾ ਹੀ ਹੈ ਵੀ ਕਿਹਨੇ ਗੋਲੀ ਚਲਾਈ ਹੈ, ਕਿਹਨੇ ਹੁਕਮ ਦਿੱਤਾ ਹੈ, ਅਤੇ ਹੁਣ ਤੁਹਾਡੀ ਸਰਕਾਰ ਹੈ, ਹੁਣ ਚੱਕ ਕੇ ਅੰਦਰ ਠੋਕੋ, ਕਿਉਂ ਲੋਕਾਂ ਨੂੰ ਭੜਕਾਉਂਦੇ ਹੋ ਕਿ ਧਰਮ ਦੇ ਨਾਂ 'ਤੇ। ਦੂਜੀ ਗੱਲ ਹੈ ਜੀ, ਕਾਂਗਰਸ ਸਰਕਾਰ ਹੈ ਜਿਹੜੀ ਗੱਪ ਦੇ ਸਹਾਰੇ ਇੱਥੇ ਕਾਮਯਾਬ ਹੋਈ ਹੈ ਜੀ, ਹੁਣ ਉਹਨਾਂ ਤੋਂ ਕੁਛ ਨਹੀਂ ਹੋ ਰਿਹਾ, ਜਦੋਂ ਵੀ ਕੋਈ ਮੰਗ ਕੀਤੀ ਜਾਂਦੀ ਹੈ ਖਜ਼ਾਨਾ ਖਾਲੀ ਹੈ। ਜ਼ਿੰਦਗੀ 'ਚ ਇਤਿਹਾਸਕ ਗੱਲ ਹੈ ਕਿ ਜਿਹੜਾ ਰੁਜ਼ਗਾਰ ਹੈ ਉਹ ਅਪਗ੍ਰੇਡ ਹੁੰਦਾ ਹੁੰਦਾ ਹੈ, ਪਰ ਕੈਪਟਨ ਸਰਕਾਰ ਇੱਕ ਇਹੋ ਜਿਹੀ ਸਰਕਾਰ ਹੈ ਜਿਹਦੇ 'ਚ ਡੀਗ੍ਰੇਡ ਹੋਇਆ ਹੈ। ਯਾਨੀ ਜਿਹੜੇ ਟੀਚਰ ਸੀ 40-40 ਹਜ਼ਾਰ ਰੁਪਇਆ ਲੈਂਦੇ ਸੀ, ਅੱਜ ਉਹ 10-10 ਹਜ਼ਾਰ ਰੁਪਇਆ ਲੈਣ 'ਤੇ ਮਜਬੂਰ ਕਰਦੇ ਹੈ। ਘਰ ਘਰ ਨੌਕਰੀ ਦੀ ਗੱਲ ਕਰੀਏ ਤਾਂ ਇੱਥੇ ਘੱਟੋ ਘੱਟ 50 ਬੰਦੇ ਖੜ੍ਹੇ ਹੋਣਗੇ, ਮੈਨੂੰ ਨਹੀਂ ਲੱਗਦਾ ਉਹ 50 ਬੰਦਿਆਂ ਦੇ ਘਰ ਦੇ ਵਿੱਚ ਕਿਸੇ ਮੈਂਬਰ ਨੂੰ ਨੌਕਰੀ ਮਿਲੀ ਹੋਵੇ। ਇੱਥੇ ਕਾਂਗਰਸੀ ਵੀਰ ਵੀ ਖੜ੍ਹੇ ਹੈ, ਦਿਲ 'ਤੇ ਹੱਥ ਧਰ ਕੇ ਕਹਿਣ ਕਿ ਸਾਡੇ ਕਿਸੇ ਬੱਚੇ ਨੂੰ ਜਾਂ ਧੀ ਨੂੰ ਨੌਕਰੀ ਮਿਲ ਗਈ। ਇਹ ਗੱਪ ਦੇ ਸਹਾਰੇ ਸਰਕਾਰਾਂ ਕਾਇਮ ਹੋਈਆਂ। ਪਹਿਲਾਂ ਬਾਦਲ ਸਰਕਾਰ ਨੇ ਥੋੜ੍ਹੇ ਕੰਮ ਕੀਤੇ ਪਿੰਡ ਦੇ, ਵਾਟਰ ਬਾਕਸ ਦੇ ਵਿੱਚ ਕਾਫੀ ਯੋਗਦਾਨ ਪਾਇਆ, ਭਾਵੇਂ ਉਹਦੇ ਵਿੱਚ ਭਾਈਵਾਲੀ ਪਿੰਡ ਵਾਲਿਆਂ ਦੀ ਸੀ, ਵਾਰਡ ਬੈਂਕ ਦਾ ਪੈਸਾ ਸੀ, ਚਲੋ ਉਹਨਾਂ ਦੀ ਸਰਕਾਰ ਦੇ ਵਿੱਚ ਸਿਰੇ ਚੜ ਗਿਆ। ਪਰੰਤੂ ਜਿਹੜਾ ਉਹਨਾਂ ਨੇ ਆ ਕਾਂਡ ਕਿਸੇ ਵੀ ਤਹਿਤ ਹੋਇਆ, ਇਹ ਉਹਨਾਂ ਤੋਂ ਮਾੜਾ ਹੋ ਗਿਆ, ਲੋਕਾਂ ਦੇ ਵਿੱਚ ਉਹ ਨਿੰਦਕ ਦੇ ਭਾਗੀ ਬਣੇ ਜਿਹਦੇ ਨਾਲ ਉਹਨਾਂ ਦੀ ਸਰਕਾਰ ਜਾਂਦੀ ਰਹੀ, ਜਾਂ ਇਹ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ ਉਹਨਾਂ ਦੇ ਉੱਤੇ ਪਰਦਾ ਪੈ ਗਿਆ। ਪਰ ਜਿਹੜੀ ਹੁਣ ਸਰਕਾਰ ਹੈ ਕਾਂਗਰਸ ਦੀ, ਇਹਨਾਂ ਦਾ ਜਮਾ ਹੀ ਦੀਵਾ ਕੋਲ ਹੈ, ਇਹ ਤਾਂ ਪੁੱਛੋ ਹੀ ਨਾ, ਇਕੱਲੇ ਗੱਪਾਂ ਤੋਂ ਬਿਨਾਂ ਹੋਰ ਇਹ ਸਰਕਾਰ ਕੋਲ ਕੁਛ ਨਹੀਂ। ਧੰਨਵਾਦ ਜੀ। ਸਰਕਾਰ ਕੋਲ ਕਹਿੰਦੇ ਗੱਪਾਂ ਤੋਂ ਬਿਨਾਂ ਕੁਛ ਨਹੀਂ। ਆਪਾਂ ਰੁਜ਼ਗਾਰ ਦੀ ਗੱਲ ਚੱਲੀ ਹੈ ਤਾਂ ਸਾਡੇ ਵਿੱਚ ਇੱਕ ਬਹੁਤ ਹੀ ਪੜ੍ਹੇ ਲਿਖੇ ਕਿਸਾਨ ਖੜ੍ਹੇ ਨੇ, ਖੁਸ਼ਵਿੰਦਰ ਸਿੰਘ ਜੀ, ਪੁੱਛਦੇ ਹਾਂ ਆਪਾਂ ਨੂੰ ਉਹਨਾਂ ਦੀ ਕੀ ਵਿੱਦਿਅਕ ਯੋਗਤਾ ਅਤੇ ਕੀ ਉਹਨਾਂ ਨੂੰ ਰੁਜ਼ਗਾਰ ਮਿਲਿਆ ਕਿ ਨਹੀਂ। ਖੁਸ਼ਵਿੰਦਰ ਜੀ, ਮੇਰਾ ਨਾਮ ਖੁਸ਼ਵਿੰਦਰ ਸਿੰਘ ਹੈ ਜੀ, ਮੈਂ MA LLB MED ਕੀਤੀ ਹੈ, ਫਿਲਹਾਲ ਮੈਂ ਜ਼ਿਮੀਂਦਾਰ ਖੇਤ ਦਾ ਕੰਮ ਕਰਦਾ, ਹੁਣ ਵੀ ਖੇਤੋਂ ਹੀ ਆਇਆ। ਚਲੋ ਜਿਹੜੀਆਂ ਹੈਗੀਆਂ ਜੀ ਪਾਰਟੀਆਂ, ਅਕਾਲੀ, ਕਾਂਗਰਸ, ਆਪ, ਜੋ ਵੀ ਆਫਸਰ, ਜਿੰਨੇ
₹1400 ਗੱਟਾ ਜਿਹੜਾ ਤੁਸੀਂ ਆਪਣਾ DAP ਦਾ ਲੈ ਕੇ ਜਾਂ ਜਿਹੜਾ 300 ਰੁਪਏ 350 ਦੀ ਬੋਰੀ ਜਿਹੜੀ ਆਪਣੀ ਯੂਰੀਆ 'ਤੇ ਲੈ ਕੇ ਜੱਟ ਜ਼ਿਮੀਂਦਾਰ ਤਾਂ ਪੂਰਾ ਕਿਵੇਂ ਆਊ? ਉਹਨੇ ਵਿਆਹ ਵੀ ਕਰਨੇ ਹੈਗੇ, ਉਹਨੇ ਆਪਦਾ ਹੋਰ ਫੰਕਸ਼ਨ ਵੀ ਜਾਣਾ, ਮਰਦ ਸਮਝਦੇ ਸਾਰੇ ਕਿਤੇ ਜਾਣਾ ਪੈਂਦਾ। ਪਰ ਫਿਰ ਜਿਹੜਾ ਮੇਨ ਬੇਸਿਕਲ ਜਿਹੜਾ ਆਮ ਪਿੰਡਾਂ ਦੇ ਵਿੱਚ ਜਿਹੜਾ ਮੇਨ ਮੁੱਦਾ ਇਹੀ ਹੈ ਵੀ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ, ਨਾ ਸਾਨੂੰ ਕਰਜ਼ਾ ਲੈਣ ਦੀ ਲੋੜ ਹੈ, ਨਾ ਸਾਨੂੰ ਮਾਪ ਦੀ ਲੋੜ ਹੈ। ਸਾਡਾ ਜਿਹੜਾ ਸਾਡਾ ਜਨਸਾਜਨੀ ਖੇਤੀ ਆ ਉਹਦਾ ਸਾਨੂੰ ਪ੍ਰੋਪਰ ਰੇਟ ਮਿਲੇ, ਅਤੇ ਜ਼ਿਮੀਂਦਾਰ ਕੋਈ ਜ਼ਿਮੀਂਦਾਰ ਡਾਊਨ ਨਹੀਂ। ਪਰ ਫਿਲਹਾਲ ਬਹੁਤ ਜਿਹੜੀ ਹਾਲਤ ਮਾੜੀ ਹੈ ਜੀ, ਅਤੇ ਮੇਰੇ ਖਿਆਲ ਦੇ ਵਿੱਚ ਤਾਂ 65-70 ਰੁਪਏ ਡੀਜ਼ਲ ਲੈ ਕੇ ਕਿਸੇ ਦੇ ਸਿਰੇ ਨਹੀਂ ਜਾਂਦਾ, ਇੰਨੀਆਂ ਮਹਿੰਗੀਆਂ ਰਹੀਆਂ ਸਪਰੇਆਂ ਕਰਕੇ। ਹੁਣ ਜੇ ਕਿਸੇ ਨੇ ਸਾਰੀ ਜ਼ਮੀਨ ਠੇਕੇ 'ਤੇ ਲਈ ਹੈ, ਆ ਹੁਣ ਅੱਗ ਲੱਗ ਗਈ, ਕੱਲ੍ਹ ਤਾਮਕੋਟ ਲੱਗੀ ਹੋ ਰਿਹਾ ਜਿਹਦੇ 25-25-30-30 ਕਿੱਲੇ ਜ਼ਮੀਨ ਠੇਕੇ 'ਤੇ ਲਈ ਸੀ, ਉਹ ਜਾਊ ਕਿੱਧਰ? ਕਿੱਥੋਂ ਆਪਦੇ ਬੱਚੇ ਪਾਲੂਗਾ, ਕਿੱਥੋਂ ਠੇਕਾ ਦੇਊਗਾ? ਵੀ ਹਾਲਤ ਸਾਡੀ ਤਾਂ ਸਰਕਾਰਾਂ ਨੂੰ ਬੇਨਤੀ ਇਹ ਹੈ ਜੀ, ਭਾਵੇਂ ਕਿਸੇ ਦੀ ਵੀ ਹੋਵੇ, ਭਾਵੇਂ ਅਕਾਲੀ ਹੋਵੇ, ਕਾਂਗਰਸ ਹੋਵੇ, ਅੱਜ ਤੱਕ ਨਾ ਜ਼ਿਮੀਂਦਾਰ ਨੂੰ ਉਹਦੀ ਬਣਦੀ ਜਿਹੜੀ ਮੁੱਲ ਜਿਹੜਾ ਮਿਲਣਾ ਚਾਹੀਦਾ, ਅਤੇ ਹੋਰ ਕਿਸੇ ਨੂੰ ਕੋਈ ਕਿਸੇ ਨੂੰ ਭੀਖ ਮੰਗਣ ਦੀ ਜਾਂ ਕਿਸੇ ਨੂੰ ਮਾਫੀ ਦੇਣ ਦੀ ਕੋਈ ਲੋੜ ਨਹੀਂ। ਅਸੀਂ ਤਾਂ ਇਹਦੇ ਹੱਕ ਜੀ, ਜਿੰਨਾ ਸਾਡਾ ਹੱਕ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ। ਲਾਗਤ ਖਰਚੇ ਜ਼ਿਆਦਾ ਨੇ ਅਤੇ ਜਨਸਾ ਦੇ ਭਾਅ ਘੱਟ ਨੇ, ਇਹ ਗੱਲ ਕੀਤੀ ਇਹਨਾਂ ਨੇ, ਕਿਉਂਕਿ ਦੇਖਿਆ ਜਾਵੇ ਤਾਂ ਦਿੱਲੀ ਦੇ ਵਿੱਚ ਵੀ ਇਸ ਵੇਲੇ ਕਣਕ ਦਾ ਭਾਅ ਜੋ ਹੈ 2600 ਰੁਪਈਏ, ਜਦੋਂ ਕਿ ਪੰਜਾਬ ਦੇ ਵਿੱਚ 1840 ਰੁਪਈਏ। ਆਪਾਂ ਗੱਲ ਕਰਦੇ ਫਿਰ ਨਾਲ ਕਰਮਜੀਤ ਸਿੰਘ ਬਿੱਟੂ ਨੇ ਅਕਾਲੀ ਦਲ ਵੱਲੋਂ। ਬਿੱਟੂ ਜੀ, ਜੇਕਰ ਦੁਬਾਰਾ ਮੋਦੀ ਸਰਕਾਰ ਆਉਂਦੀ ਹੈ ਤਾਂ ਕੀ ਅਸੀਂ ਇਹ ਵਾਅਦਾ ਲੈ ਸਕਦੇ ਹਾਂ ਕਿ ਦੁਬਾਰਾ ਸਵਾਮੀਨਾਥਨ ਰਿਪੋਰਟ ਜਿਹੜੀ ਹੈਗੀ ਲਾਗੂ ਹੋਏਗੀ? ਹਾਂਜੀ ਹਾਂ, ਜ਼ਰੂਰ ਹੋਊਗੀ ਜੀ ਲਾਗੂ, ਇਹ ਕੋਈ ਸ਼ੱਕ ਹੀ ਨਹੀਂ ਇਹਦੇ ਵਿੱਚ, ਭਾਅ ਵੀ ਮਿਲਣਗੇ ਜੀ। ਅਤੇ ਪਰ ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਜੀ, ਕਾਂਗਰਸ ਦੇ ਇੱਥੇ ਮੇਰੇ ਵੱਡੇ ਵੀਰ ਬੁਲਾਰੇ ਮਤਲਬ ਖੜੇ ਆ, ਬੋਲ ਕੇ ਹੀ ਹਟੇ ਆ ਪਹਿਲਾਂ, ਵੀ ਉਹਨਾਂ ਨੇ ਮਤਲਬ ਅੱਜ ਦੱਸ ਦੇਣ ਵੀ ਉਹਨਾਂ ਨੇ ਕੀਤਾ ਕੀ ਆ। ਸਕੂਲ ਸਾਡੇ ਮਤਲਬ ਬਾਲ ਸਾਹਿਬ ਨੇ ਬਣਾਇਆ, ਮਤਲਬ ਸੜਕਾਂ ਨਾਲੀਆਂ ਪੱਕੀਆਂ ਸਾਰਾ ਕੁਛ ਕੀਤਾ, ਫਿਰ ਨਹੀਂ ਸਾਡੇ ਮਤਲਬ ਆਪਣਾ ਮਤਲਬ ਸਾਡੀ ਸਰਕਾਰ 'ਚ ਬਣੀ ਹੈ, ਫਿਰ ਨਹੀਂ ਬਣਨ ਤੋਂ ਬਾਅਦ ਮਤਲਬ ਜਿਹੜਾ ਫਿਰ ਨਹੀਂ ਦਾ ਘਰਾਂ ਦਾ ਪਾਣੀ ਸੀ ਸੜਕ 'ਤੇ ਆਉਣ ਲੱਗ ਗਿਆ, ਸੜਕ 'ਤੇ ਆਉਣ ਤੋਂ ਬਾਅਦ ਮਤਲਬ ਅਸੀਂ ਮਤਲਬ ਨਾਲ ਮਤਲਬ ਬਾਲ ਸਾਹਿਬ ਨੂੰ ਬੇਨਤੀ ਕਰਕੇ ਉਹਨਾਂ ਤੋਂ ਮਤਲਬ ਗਰਾਂਟ ਲੈਂਦੀ ਖਾਲਾ ਬਣਾਉਣ ਵਾਸਤੇ, ਖਾਲਾ ਬਣਾਉਣ ਜਦੋਂ ਖਾਲਾ ਬਣਾਉਣਾ ਚਾਲੂ ਕੀਤਾ, ਆਹ ਮੇਰੇ ਵੱਡੇ ਭਰਾ ਖੜੇ ਆ ਬੋਲ ਕੇ ਹਟੇ ਆ ਪਹਿਲਾਂ, ਇਹਨਾਂ ਨੇ ਜੀ ਪੂਰਾ ਇਤਰਾਜ਼ ਕੀਤਾ, ਕਹਿੰਦੇ ਵੀ ਉੱਧਰੋਂ ਵਿਹੜੇ ਦਾ ਪਾਣੀ ਨਹੀਂ ਆ ਸਕਦਾ ਕਿਉਂਕਿ ਉੱਥੇ ਮੁਸ਼ਕ ਆਉਂਦਾ, ਅਤੇ ਹੁਣ ਵੋਟਾਂ ਲੈਣ ਜਾਂਦੇ, ਹੁਣ ਮੁਸ਼ਕ ਨਹੀਂ ਆਊਗਾ ਇਹਨਾਂ ਨੂੰ, ਇਹਨਾਂ ਪੁੱਛਣ ਵਾਲਾ ਹੋਵੇ। ਪਰ ਅੱਛਾ, ਉਦੋਂ ਬਾਅਦ ਕੀ ਹੋਇਆ ਜੀ, ਇਹਨਾਂ ਮਾਤਾ ਸਾਡੀ ਮਾਤਾ ਹੀ ਹੈ, ਉਹ JCB ਦੇ ਮੂਹਰੇ ਪੈ ਗਈ ਵੀ ਚਲੋ ਅਸੀਂ ਤਾਂ ਉਦੋਂ ਬਾਅਦ ਟਕਰਾ ਨਹੀਂ ਚਾਹੁੰਦੇ ਸੀਗੇ, ਅਸੀਂ ਬੰਦ ਕਰਤਾ ਕੰਮ। ਪਰ ਹੁਣ ਵੀ ਪਾਣੀ ਉਹ ਖਾਲੀਆਂ ਕੱਚੀਆਂ ਖਾਲੀਆਂ ਵਿੱਚ ਦੀ ਛੱਪੜ ਦੇ ਵਿੱਚ ਹੀ ਜਾ ਰਿਹਾ, ਕਿ ਉਹ ਹੁਣ ਫਿਲਟਰ ਹੋ ਕੇ ਜਾ ਰਿਹਾ ਕਿ ਹੁਣ ਜਦੋਂ ਵੋਟਾਂ ਲੈਣ ਜਾਣਗੇ ਉੱਥੇ ਹੁਣ ਮਤਲਬ ਉਹਨਾਂ ਨੂੰ ਮੁਸ਼ਕ ਨਹੀਂ ਆਊਗਾ? ਮੈਂ ਇਹ ਪੁੱਛਣਾ ਚਾਹੁੰਦਾ, ਦੱਸੋ ਇਹ ਕੰਮ ਸਹੀ ਸੀਗਾ ਗਲਤ ਸੀਗਾ? ਸਾਡੇ ਵਿੱਚ ਮੌਜੂਦ ਨੇ ਪਿੰਡ ਦੇ ਇੱਕ ਹੋਰ ਪੜ੍ਹੇ ਲਿਖੇ ਨੌਜਵਾਨ, ਆਪਾਂ ਗੱਲ ਕਰਦੇ ਹਾਂ ਕਿਉਂਕਿ ਜਿੱਥੇ ਇੱਕ ਤਾਂ ਪੰਚਾਇਤ ਜੁੜੇ ਇਕੱਠ ਹੋਵੇ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਬਾਰੇ ਗੱਲ ਲਾਜ਼ਮੀ ਚੱਲਦੀ ਹੈ, ਕਿਉਂਕਿ ਦੇਖਿਆ ਜਾ ਰਿਹਾ ਕਿ ਨੌਜਵਾਨਾਂ ਦੇ ਵਿੱਚ ਇਸ ਚੀਜ਼ ਨੇ ਕਾਫੀ ਘਰ ਕੀਤਾ ਹੋਇਆ। ਗੱਲ ਕਰਦੇ ਹਾਂ ਆਪਾਂ ਸੁਖਵਿੰਦਰ ਸਿੰਘ ਚਹਿਲ ਜੀ, ਚਹਿਲ ਸਾਹਿਬ ਕੀ ਕਹਿਣਾ ਚਾਹਾਂਗੇ ਨਸ਼ਿਆਂ ਬਾਰੇ? ਨਸ਼ਾ ਬਾਰੇ ਤਾਂ ਇਹੀ ਗੱਲ ਹੈ ਜੀ, ਬਾਜ਼ਾਰ ਤਾਂ ਸਾਰੇ ਆਈਆਂ, ਕਾਂਗਰਸ ਵੀ ਆਈ, ਅਕਾਲੀ ਵੀ ਆਏ, ਪਰ ਨਸ਼ੇ ਦਾ ਕਿਸੇ ਨੇ ਕੋਈ ਮੁੱਦਾ ਨਹੀਂ ਚੱਕਿਆ। ਪੰਜਾਬ ਦੇ ਪੂਰਾ ਬਰਬਾਦੀ ਦੇ ਕੰਢੇ 'ਤੇ ਨਸ਼ਿਆਂ ਨੇ ਕਰਤਾ, ਅੱਜ ਤੱਕ ਅੱਜ ਤੋਂ ਬਾਅਦ ਵੀ ਕਿਸੇ ਦੀ ਸੋਚ ਨਹੀਂ, ਨਾ ਹੀ ਕਿਸੇ ਦਾ ਕੋਈ ਚੋਣਾਂ ਦੇ ਵਿੱਚ ਵੀ ਕੋਈ ਮੁੱਦਾ ਨਹੀਂ ਵੀ ਅਸੀਂ ਨਸ਼ੇ ਬੰਦ ਕਰਾਂਗੇ। ਘੱਟੋ ਘੱਟ ਨਸ਼ੇ ਬਾਰੇ ਕੋਈ ਤਾਂ ਗੱਲ ਕਰੇ, ਕੋਈ ਵੀ ਇਸ ਗੱਲ ਕਰਨ ਨੂੰ ਤਿਆਰ ਨਹੀਂ। ਨਸ਼ਿਆਂ ਦੇ ਮੁੱਦੇ 'ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ, ਬੇਸ਼ੱਕ ਉਹ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ, ਜੋ ਮੁੱਦਾ ਪਹਿਲਾਂ ਖੜਾ ਸੀ ਉਸੇ ਤਰ੍ਹਾਂ ਹੀ ਹੁਣ ਵੀ ਸਟੈਂਡ ਕਰਦਾ। ਸਾਡੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਚੰਦ ਸਿੰਘ ਜੀ ਨੇ, ਚੰਦ ਸਿੰਘ ਜੀ ਕੀ ਕਹਿਣਾ ਤੁਹਾਡੇ ਬਾਰੇ? ਅਸੀਂ ਜੀ, ਮੇਰਾ ਨਾਂ ਚੰਦ ਸਿੰਘ, ਮੈਂ ਡਕੌਂਦਾ ਜਥੇਬੰਦੀ ਦਾ ਬਲਾਕ ਮੀਤ ਪ੍ਰਧਾਨ ਹਾਂ। ਮੈਂ ਪੁਰਾਣਾ ਬਹੁਤ ਚਿਰਾਂ ਦਾ ਇਸ ਜਥੇਬੰਦੀ ਦੇ ਵਿੱਚ ਕੰਮ ਕਰਦਾ। ਪਹਿਲਾਂ ਜੋ ਕਾਂਗਰਸ ਜਿਹੜੀਆਂ ਨੀਤੀਆਂ 90 ਤੋਂ ਲੈ ਕੇ ਆਈ ਹੈ ਉਹ ਵੀ ਕਿਸਾਨ ਵਿਰੋਧੀ ਰਹੀਆਂ, ਬਹੁਤ ਸਾਰੇ ਕਿਸਾਨ ਅੱਜ ਆਤਮਹੱਤਿਆ ਦੇ ਰਾਹ ਪਏ ਹੋਏ ਹੈ। ਉਦੋਂ ਬਾਅਦ ਮੋਦੀ ਸਰਕਾਰ ਆਈ ਹੈ, ਚਾਹੇ ਲੋਕ ਅੱਕ ਕੇ ਉਸ ਕਾਰਨ ਕਾਂਗਰਸ ਸਰਕਾਰ ਨੂੰ ਲਾਇਆ ਸਿੱਟਿਆ। ਉਦੋਂ ਬਾਅਦ ਮੋਦੀ ਸਰਕਾਰ ਨੇ ਬਹੁਤ ਸਾਰੇ ਝੂਠੇ ਵਾਅਦੇ ਲੋਕਾਂ ਦੇ ਨਾਲ ਕੀਤੇ, ਪਰ ਕਰਨ ਤੋਂ ਅੱਜ ਲੋਕ ਜਿਹੜੇ ਹੈਗੇ ਦੋਨੇ ਸਰਕਾਰਾਂ ਤੋਂ ਅੱਕੇ ਆ। ਵੋਟਾਂ ਜਿਹੜੀਆਂ ਪਾਉਣ ਦਾ ਇਹ ਤਰ੍ਹਾਂ ਤਰ੍ਹਾਂ ਦੇ ਨਾਅਰੇ ਦਿੰਦੇ ਆ, ਪਰ ਅਸੀਂ ਜਿਹੜਾ ਕਿਸਾਨ ਜਥੇਬੰਦੀ ਵੱਲੋਂ ਇਹੀ ਹੈ ਵੀ ਇਹਨਾਂ ਸਰਕਾਰਾਂ ਤੋਂ ਵਾਰ ਵਾਰ ਮੰਗ ਕਰਦੇ ਆ ਰਹੇ ਹਾਂ ਸਵਾਮੀਨਾਥ ਦੀ ਰਿਪੋਰਟ ਲਾਗੂ ਕੀਤੀ ਜਾਵੇ, ਕਿਸਾਨ ਜਿਹੜੇ ਦਿਨ ਖੁਦਕੁਸ਼ੀਆਂ ਕਰਦੇ ਆ ਇਹਨਾਂ ਦਾ ਸਾਰਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ, ਅਤੇ ਇਸ ਜਿਹੜੇ ਬਹੁਤ ਸਾਰੇ ਕਿਸਾਨੀ ਦੇ ਮੁੱਦੇ ਹੈਗੇ ਉਹਨਾਂ 'ਤੇ ਅਸੀਂ ਲਗਾਤਾਰ ਲੜ ਰਹੇ ਹਾਂ, ਪਰ ਇਹ ਸਰਕਾਰਾਂ 'ਤੇ ਸਾਨੂੰ ਕੋਈ ਭਰੋਸਾ ਨਹੀਂ। ਅਸੀਂ ਤਾਂ ਸਿਰਫ ਲੋਕਾਂ ਨੂੰ ਇਹੀ ਸੱਦਾ ਦਿੰਦੇ ਹਾਂ ਕਿ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈ ਕੇ ਇਹਨਾਂ ਸਰਕਾਰਾਂ ਤੋਂ ਜੋਸ਼ ਜਿਹੜੇ ਹੈਗੇ ਉਹ ਹੱਕ ਲੈ ਜਾ ਸਕਦੇ ਹਨ, ਪਰ ਸਰਕਾਰਾਂ 'ਤੇ ਸਾਡਾ ਕੋਈ ਭਰੋਸਾ ਨਹੀਂ। ਜਥੇਬੰਦ ਹੋ ਕੇ ਸੰਘਰਸ਼ ਕੀਤਾ ਜਾਵੇ, ਸਾਡੇ ਨਾਲ ਸੁਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ, ਆਪਾਂ ਉਹਨਾਂ ਨੂੰ ਪੁੱਛਦੇ ਹਾਂ। ਸੁਰਜੀਤ ਸਿੰਘ ਕੀ ਕਹਿਣਾ ਤੁਹਾਡੇ ਬਾਰੇ? ਹਾਂਜੀ, ਮੇਰਾ ਨਾਮ ਸੁਰਜੀਤ ਸਿੰਘ ਹੈ, ਮੈਂ ਜ਼ਿਲ੍ਹਾ ਖਜਾਨਾ ਸਾਬਕਾ ਖਜਾਨਾ
ਵਿਦੇਸ਼ੀ ਰੂਸੀ ਅਮਰੀਕਨ ਜਾਂ ਅੰਗਰੇਜ਼ਾਂ ਦੇ ਸਾਮਰਾਜਾਂ ਦੇ ਕਹਿ ਲਓ ਵੀ ਆਪਾਂ ਦਲਾਲ ਬਣ ਕੇ ਚੱਲ ਰਹੇ ਨੇ। ਇਹਨਾਂ ਨੇ ਅੱਜ ਤਾਈਂ 70 ਸਾਲ 75 ਸਾਲ ਕੱਖ ਨਹੀਂ ਕੀਤਾ ਅਤੇ ਸਾਨੂੰ ਇਹਨਾਂ ਤੋਂ ਜਿਹੜੀਆਂ ਚੋਣ ਸਿਸਟਮ ਦੇ ਵਿੱਚ ਸਰਕਾਰਾਂ ਆਉਂਗੀਆਂ ਸਾਨੂੰ ਇਹ 'ਤੇ ਕੋਈ ਭਰੋਸਾ ਨਹੀਂ। ਲੋਕਾਂ ਨੂੰ ਆਪਦੀ ਜਥੇਬੰਦ ਤਾਕਤ ਇਕੱਠੀ ਕਰਕੇ ਕਿਸਾਨ ਮਜ਼ਦੂਰ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਆਪਦੇ ਬੂਥੇ 'ਤੇ ਜੋ ਵੀ ਸਰਕਾਰ ਨਾਲ ਭਿੜ ਕੇ ਜਿਵੇਂ ਕਹੋ ਸਿਰ ਵੱਢਵੀਂ ਲੜਾਈ 'ਚ ਪੈ ਕੇ ਆਪਦੀਆਂ ਮੰਗਾਂ ਮਸਲੇ ਮਨਾ ਸਕਦੇ ਆ, ਇਦੋਂ ਸਿਵਾਇਆ ਹੋਰ ਕੁਛ ਨਹੀਂ। ਅਤੇ ਇਹਨਾਂ ਸਾਰਿਆਂ ਨੂੰ ਵਲੰਟੀਅਰ ਫੋਰਸ ਬਣਾ ਕੇ ਅਤੇ ਸਾਰਾ ਆਪਾਂ ਨੂੰ ਇਹ ਲੜਾਈ ਸਰਕਾਰ ਵੱਲੋਂ ਦੇਣੀ ਚਾਹੀਦੀ ਹੈ। ਕਹਿੰਦੇ ਨੇ ਕਿ ਵੋਟ ਸਿਸਟਮ ਦੇ ਵਿੱਚ ਕੋਈ ਭਰੋਸਾ ਨਹੀਂ ਹੈ, ਜਥੇਬੰਦਕ ਸੰਘਰਸ਼ ਹੀ ਹਰ ਮਸਲੇ ਦਾ ਹੱਲ ਹੈ। ਆਪਾਂ ਚੱਲਦੇ ਦੁਬਾਰਾ ਫਿਰ ਇੱਕ ਵਾਰੀ ਹਣੀ ਜੀ। ਦੇਖੋ ਜੀ, ਜਿਹੜੇ ਸਾਡੇ ਸਾਥੀ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਸਵਾਮੀਨਾਥ ਦੀਆਂ ਸਿਫਾਰਸ਼ਾਂ ਲਾਗੂ ਕਰਦੀਆਂ, ਇਹਨਾਂ ਨੂੰ ਬਾਈ ਜੀ ਨੂੰ ਨਹੀਂ ਪਤਾ ਵੀ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਹੋਇਆ ਭਾਰਤ ਸਰਕਾਰ ਦਾ ਕਿ ਕਿਸੇ ਵੀ ਹਾਲਤ ਅਸੀਂ ਇਹ ਵਧਾ ਨਹੀਂ ਸਕਦੇ। ਦੂਜਾ, ਜਿਹੜੀਆਂ ਸੜਕਾਂ ਸਾਡਾ ਬੁਨਿਆਦੀ ਅਧਿਕਾਰ ਆ, ਸੜਕਾਂ ਜਿੰਨੀਆਂ ਬਣੀਆਂ ਪ੍ਰਾਈਵੇਟ ਆ, ਸੜਕ 'ਤੇ ਚੜ੍ਹਦੇ ਆ ਸਾਰ ਸਾਥੋਂ ਲੋਡ ਪ੍ਰਾਈਜ ਲੈਂਦੇ ਤਾਂ ਫਿਰ ਅਕਾਲੀ ਦਲ ਦਾ ਕੀ ਆ? ਸਾਨੂੰ ਅੱਜ ਮੰਗ 'ਤੇ ਬਣਾ 'ਤੇ ਸਿਰਫ 1 ਰੁਪਏ ਕਿਲੋ 2 ਰੁਪਏ ਕਿਲੋ ਕਣਕ ਲੈਣ ਲਈ ਪੰਜਾਬ ਪੂਰਾ ਸੂਬਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ, ਅੱਜ ਸਾਨੂੰ ਇਹਨਾਂ ਮੂਹਰੇ ਭੀਖ ਮੰਨਣੀ ਪੈਂਦੀ। ਇਹਦਾ ਮਤਲਬ ਕਿ 70 ਸਾਲਾਂ ਦੇ ਵਿੱਚ ਸਾਡੇ ਘਰੇ ਨਾਜ ਨਹੀਂ। ਜਿਹੜੇ ਬਾਈ ਜੀ ਕਹਿੰਦੇ ਆ ਕਿ ਸਰਕਾਰੀ ਹਸਪਤਾਲ ਏਮਜ ਲੈ ਕੇ ਆਉਂਦਾ, ਅੱਜ ਸਾਡੇ ਡਿਸਪੈਂਸਰੀਆਂ ਸਾਰਾ ਕੁਛ ਇਹਨਾਂ ਨੇ ਖਤਮ ਕਰਤਾ। ਜੇ ਕੋਈ ਇੱਕ ਅੱਧਾ ਲਿਆਂਦਾ ਦੂਜੀਆਂ ਚੀਜ਼ਾਂ ਬੰਦ ਕਰਕੇ, ਉਹਦੇ ਨਾਲ ਬਾਹਲੀ ਵੱਡੀ ਮਾਰਨੀ ਨਾ ਅਕਾਲੀ ਨਾ ਕਾਂਗਰਸੀ। ਜਿੰਨਾ ਨਿੱਜੀਕਰਨ ਦਾ ਕਹਾੜਾ ਸਾਰੀਆਂ ਸਰਕਾਰਾਂ ਲਾਗੂ ਕਰ ਰਹੀਆਂ, 2017 ਤੋਂ ਬਾਅਦ ਸਰਕਾਰੀ ਖਰੀਦ ਬੰਦ ਆ, ਚੋਣਾਂ ਤੋਂ ਬਾਅਦ 19 ਤੋਂ ਬਾਅਦ ਸਾਡੀਆਂ ਜਿਹੜੀਆਂ ਫਸਲਾਂ ਮੰਡੀਆਂ 'ਚ ਰੋਲੀਆਂ, ਨਾ ਅਕਾਲੀ ਬੋਲਦੇ ਆ ਨਾ ਕਾਂਗਰਸੀ ਬੋਲਦੇ ਆ, ਸਾਰੇ ਇੱਕੋ ਜਿਹਾ ਹੈ। ਫਸਲਾਂ ਰੁਲ ਰਹੀਆਂ, ਸੜਕਾਂ ਅਤੇ ਹਸਪਤਾਲ ਜੋ ਹੈ ਉਹ ਬੁਨਿਆਦੀ ਹੱਕ ਨੇ, ਕੀ ਕਹਿਣਾ ਚਾਹੋਗੇ ਜੀ? ਮੈਂ ਹਰਵੰਤ ਸਿੰਘ, ਸਾਬਕਾ ਪੰਚਾਇਤ ਮੈਂਬਰ ਜੀ, ਭੁੱਚੋ ਖੁਰਦ। ਸਰਕਾਰਾਂ ਜੋ ਵੀ ਕੰਮ ਕਰਦੀਆਂ, ਸਾਡੇ ਪਿੰਡ ਦਾ ਵਿਕਾਸ ਜਿੰਨਾ ਕੁ ਵੀ ਹੋਇਆ, 5ਵੀਂ ਤੋਂ ਸਕੂਲ 8ਵੀਂ ਦਾ ਹੋਇਆ ਬਾਦਲ ਸਾਹਿਬ ਦੀ ਸਰਕਾਰ 'ਚ, 8ਵੀਂ ਤੋਂ 10ਵੀਂ ਦਾ ਹੋਇਆ ਤਾਂ ਵੀ ਬਾਦਲ ਸਾਹਿਬ ਦੀ ਸਰਕਾਰ 'ਚ, 10ਵੀਂ ਤੋਂ +2 ਦਾ ਹੋਇਆ ਤਾਂ ਵੀ ਬਾਦਲ ਸਾਹਿਬ ਦੀ ਸਰਕਾਰ 'ਚ, ਪਿੰਡ ਦੀ ਸੜਕ ਬਣੀ ਚੱਕ ਫਤਿਹ ਸਿੰਘ ਵਾਲਿਆਂ ਨੂੰ, ਹੋਰ ਪਿੰਡਾਂ ਨੂੰ ਵੀ ਜਾਂਦੀ ਹੈ, ਉਹ ਵੀ ਬਾਦਲ ਸਾਹਿਬ ਦੇ ਰਾਜ 'ਚ, ਪਿੰਡ ਨੂੰ 24 ਘੰਟੇ ਸਪਲਾਈ ਚੱਲੀ ਉਹ ਵੀ ਬਾਦਲ ਸਾਹਿਬ ਦੇ ਰਾਜ 'ਚ, ਵਾਟਰ ਵਰਕਸ ਚੱਲਿਆ ਉਹ ਵੀ ਬਾਦਲ ਸਾਹਿਬ ਦੇ ਰਾਜ 'ਚ, ਹੋਰ ਜਿਹੜੀ ਸਾਡੀ ਪਾਈਪਲਾਈਨ ਪਈ ਉਹ ਵੀ ਬਾਦਲ ਸਾਹਿਬ ਦੇ ਰਾਜ 'ਚ। ਚਲੋ ਕੰਮ ਹੁਣ ਜੇ ਅਸੀਂ ਸਾਰਾ ਕੁਛ ਹੀ ਕਹਿ ਦਈਏ ਵੀ ਸਾਰਾ ਕੁਛ ਇੱਕ ਸਰਕਾਰ ਕਰਦੇ, ਜ਼ਿਆਦਾ ਸਮਾਂ ਕਾਂਗਰਸ ਦਾ ਰਾਜ ਰਿਹਾ। ਮੋਦੀ ਸਾਹਿਬ ਨੇ ਵੀ ਹੁਣ ਸਭ ਦੇ ਖਾਤਿਆਂ 'ਚ, ਛੋਟੇ ਜ਼ਿਮੀਂਦਾਰ ਹੈ 6-6 ਹਜ਼ਾਰ ਰੁਪਈਆ ਪਾਉਣ ਵਾਸਤੇ 2 ਹਜ਼ਾਰ ਰੁਪਏ ਦੀ ਕਿਸ਼ਤ ਪਹਿਲਾਂ ਦਿੱਤੀ ਹੈ। ਇੱਦੋਂ ਪਹਿਲਾਂ ਜੋ 60 ਸਾਲ ਪਹਿਲਾਂ ਕਾਂਗਰਸ ਨੇ ਰਾਜ ਕੀਤਾ, ਉਸ ਸਿਸਟਮ ਨੂੰ ਇੰਨਾ ਜ਼ਿਆਦਾ ਵਿਗਾੜਤਾ ਵੀ ਉਹਨੂੰ ਸੰਭਾਲਣ ਵਾਸਤੇ ਕੁਛ ਸਮਾਂ ਤਾਂ ਲੱਗੂਗਾ ਹੀ, ਐਡੇ ਜਲਦੀ ਤਾਂ ਉਹ ਸਿਸਟਮ ਸੁਧਰ ਨਹੀਂ ਸਕਦਾ ਗਾ। ਉਹ ਗਲੋਟੇ ਨੂੰ ਇੰਨਾ ਜ਼ਿਆਦਾ ਬਲੁੰਦਰ ਕੇ ਸੜਤਾ ਵੀ ਉਹਨੂੰ ਕੋਈ ਸੁਲਝਾ ਹੀ ਨਹੀਂ ਸਕਦਾ। ਚਲੋ ਕੋਸ਼ਿਸ਼ ਕਰ ਰਹੇ ਹੈ ਜਿੰਨਾ ਕੁ ਵੀ ਕਰ ਰਹੇ ਹੈ। 60 ਸਾਲ ਸਾਡੇ ਵਿੱਚ ਇੱਕ ਭੈਣ ਜੀ ਵੀ ਮੌਜੂਦ ਨੇ, ਆਪਾਂ ਪੁੱਛਦੇ ਹਾਂ ਕਿ ਉਹਨਾਂ ਦੇ ਕੀ ਮਸਲੇ ਨੇ, ਕੀ ਸਰਕਾਰਾਂ ਨੇ ਉਹਨਾਂ ਦੇ ਮਸਲਿਆਂ ਵੱਲ ਕੋਈ ਧਿਆਨ ਦਿੱਤਾ? ਮੇਰਾ ਨਾਮ ਜੀ ਰਾਣੀ ਆ, ਮੈਂ ਪੰਚਾਇਤ ਮੈਂਬਰ ਹਾਂ। ਤਾਂ ਮੇਰਾ ਤਾਂ ਸਭ ਤੋਂ ਪਹਿਲਾਂ ਕਹਿਣਾ ਇਹੀ ਆ ਵੀ ਮੈਂ ਕਿਸੇ ਪਾਰਟੀ ਪੱਖ ਨਹੀਂ ਕਰਦੀ, ਨਾ ਕਾਂਗਰਸ ਦਾ ਅਤੇ ਨਾ ਹੀ ਮਤਲਬ ਕਿ ਅਕਾਲੀ ਪਾਰਟੀ ਦਾ ਕਰਦੀ ਹਾਂ। ਮੇਰੀ ਤਾਂ ਕਹਿਣ ਦੀ ਬੇਨਤੀ ਇਹੀ ਆ ਵੀ ਵੱਧ ਤੋਂ ਵੱਧ ਸਾਨੂੰ ਸਰਕਾਰ ਮਦਦ ਕਰੇ, ਜਿਵੇਂ ਅਸੀਂ ਪਿੰਡਾਂ ਦੇ ਕੰਮ ਆ, ਪੰਚਾਇਤ ਦਾ ਤਾਂ ਇਹੀ ਹੱਕ ਹੁੰਦਾ ਵੀ ਸਾਨੂੰ ਦਿਓ, ਅਸੀਂ ਪਿੰਡਾਂ ਦੇ ਜਿਹੜੇ ਵਿਗੜੇ ਹੋਏ ਕੰਮ ਆ ਅਤੇ ਇਹਨਾਂ ਨੂੰ ਸੰਭਾਲ ਸਕੀਏ। ਇੱਕ ਸਾਡਾ ਇਹ ਸੁਨੇਹਾ ਵੀ ਜਿਹੜਾ ਆਮ ਪਿੰਡਾਂ ਦੇ ਵਿੱਚ ਨਸ਼ਾ ਵੱਧ ਰਿਹਾ, ਚਿੱਟਾ ਵੱਧ ਰਿਹਾ, ਗੋਲੀਆਂ, ਇਹ ਤਾਂ ਨਾ ਤਾਂ ਅਕਾਲੀ ਪਾਰਟੀ ਨੇ ਬੈਨ ਲਾਇਆ ਅਤੇ ਅੱਜ ਕਾਂਗਰਸ ਆ ਗਈ ਆ। ਸਾਡਾ ਇਹੀ ਸੁਨੇਹਾ, ਜਿਹੜੇ ਸਾਡੇ ਛੋਟੇ ਛੋਟੇ ਬੱਚੇ ਆ ਇਹ ਨਸ਼ਿਆਂ ਦੇ ਵਿੱਚ ਗਲੀ ਜਾਂਦੇ ਆ, ਅਤੇ ਇਹਦੇ ਉੱਤੇ ਸਰਕਾਰ ਸਾਡੀ ਹੱਥ ਬੰਨ ਕੇ ਬੇਨਤੀ ਆ ਇਹਨਾਂ ਨਸ਼ਿਆਂ ਦੇ ਉੱਤੇ ਰੋਕ ਲਗਾਉਣ। ਜਾਂ ਬਾਕੀ ਗੱਲ ਆ, ਜੇ ਬਾਹਲੀ ਸਾਨੂੰ ਇਹਦੇ ਵਿੱਚ ਨੌਲੇਜ ਨਹੀਂ ਹੈਗੀ ਸਰਕਾਰ ਕੀ ਦਿੰਦੀ ਆ ਕੀ ਨਹੀਂ ਲੈਂਦੀ ਆ, ਤਾਂ ਜਿਹੜੇ ਆਉਣ ਵਾਲੇ ਵੱਡੇ ਵੀਰ ਹੁੰਦੇ ਆ ਸਾਨੂੰ ਉਹਨਾਂ ਦੇ ਵਿੱਚ ਦਾਅ ਦੇ ਵਿੱਚ ਰਹਿਣ ਕੇ ਪੰਚਾਇਤ ਨੂੰ ਕੁਛ ਨਹੀਂ ਪਤਾ, ਜਿੰਨਾ ਕੁ ਸਾਨੂੰ ਦੇ ਦਿੰਦੇ ਆ ਉਨਾ ਕੁ ਅਸੀਂ ਕਰ ਲਈਦੇ ਆ। ਅੱਗੇ ਤੋਂ ਅਸੀਂ ਇਹ ਕਹਿੰਦੇ ਹਾਂ ਸਾਡੇ ਨਾਲ ਜਿਹੜੇ ਪਿੰਡ ਦੇ ਵੀਰ ਆ, ਜਿਵੇਂ ਅਕਾਲੀ ਪਾਰਟੀ ਦੇ ਹੋ ਗਏ, ਹੁਣ ਸਾਡੇ ਨਾਲ ਕਾਂਗਰਸ ਦੇ ਵੀਰ ਜੁੜੇ ਹੋਏ ਆ, ਕਿਉਂਕਿ ਅਸੀਂ ਸਰਬਸੰਮਤੀ ਦੇ ਨਾਲ ਚੁਣੇ ਹੋਏ ਪੰਚਾਇਤ ਮੈਂਬਰ ਆ। ਸਾਨੂੰ ਇਹ ਨਹੀਂ, ਅਸੀਂ ਪੱਖਪਾਤ ਨਹੀਂ ਕਰ ਸਕਦੇ ਵੀ ਸਾਡੇ ਨਾਲ ਅਕਾਲੀ ਪਾਰਟੀ ਵਾਅਦੇ ਪੂਰੇ ਕਰੂਗੀ ਜਾਂ ਸਾਡੇ ਨਾਲ ਕਾਂਗਰਸ ਵਾਅਦਾ ਪੂਰਾ ਕਰੇਗੀ। ਜੇ ਸਾਡਾ ਤਾਂ ਇਹੀ ਹੱਕ ਆ, ਜੇ ਸਾਨੂੰ ਭੈਣ ਭਰਾਵਾਂ ਨੇ ਅਹੁਦਾ ਦਿੱਤਾ ਅਤੇ ਜੇ ਸਾਨੂੰ ਸਰਕਾਰ ਦੇਵੇਗੀ ਤਾਂ ਫਿਰ ਹੀ ਅਸੀਂ ਅੱਗੇ ਬਣਾਵਾਂਗੇ। ਹਾਂ, ਨਸ਼ਿਆਂ ਦੀ ਗੱਲ ਇਹਨਾਂ ਨੇ ਵੀ ਕੀਤੀ ਹੈ, ਦੂਸਰੀ ਗੱਲ ਕੀਤੀ ਹੈ ਕਿ ਜਿਹੜਾ ਪੰਚਾਇਤ ਹੈ ਸਰਬਸੰਮਤੀ ਨੇ ਬਣਾਈ ਹੈ, ਬਹੁਤ ਵਧੀਆ ਗੱਲ ਹੈ ਇਹ। ਜਿਹੜੇ ਸਾਡੇ ਸਰਪੰਚ ਚੁਣੇ ਗਏ ਆ ਸਰਬਸੰਮਤੀ ਨਾਲ, ਸਰਦਾਰ ਜਸਵਿੰਦਰ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਸੋਰੀ ਬਲਜਿੰਦਰ ਸਿੰਘ ਜੀ, ਬਲਜਿੰਦਰ ਸਿੰਘ ਸਰਪੰਚ ਸਾਹਿਬ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਤੇਜ ਸਿੰਘ ਹੈ ਜੀ।
ਮੈਂ ਸਰਪੰਚ ਹਾਂ ਮੌਜੂਦਾ ਜੀ ਪਿੰਡ ਭੁੱਚੋ ਖੁਰ ਤੋਂ। ਅਤੇ ਜਿਹੜੀ ਮਤਲਬ ਕਿ ਜੀ ਪਾਰਟੀ ਬਾਜ਼ੀ ਤੋਂ ਗੱਲ ਕਰੀਏ ਤਾਂ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਪਿੰਡ ਦੇ ਸਹਿਯੋਗ ਨਾਲ ਪਰਮਾਤਮਾ ਦੀ ਕਿਰਪਾ ਅਨੁਸਾਰ। ਵੀ ਪਾਰਟੀ ਬਾਜ਼ੀ ਦੀ ਗੱਲ ਕਰੀਏ ਤਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੀ ਪਾਰਟੀ ਬਾਜ਼ੀ ਦੀ ਗੱਲ ਨਹੀਂ ਕਰਦੇ, ਮੁੱਦੇ ਦੀ ਗੱਲ ਕਰਦੇ ਆਪਾਂ। ਹਾਂਜੀ ਮੁੱਦੇ ਦੀ ਗੱਲ ਕਰੀਏ ਤਾਂ ਵੀ ਕੋਈ ਵੀ ਸਰਕਾਰ ਆਵੇ ਤਾਂ ਅਸੀਂ ਕਹਿੰਦੇ ਵੀ ਪਿੰਡ ਦਾ ਵਿਕਾਸ ਹੋਵੇ ਜੀ। ਜਿਵੇਂ ਨਸ਼ਾ ਬਹੁਤ ਵੱਧ ਚੁੱਕਿਆ ਜੀ, ਨਸ਼ੇ 'ਤੇ ਠੱਲ ਪਾਈ ਜਾਵੇ, ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ, ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜੀ, ਅਤੇ ਸਾਨੂੰ ਵੱਧ ਤੋਂ ਵੱਧ ਪਿੰਡ ਨੂੰ ਵਿਕਾਸ ਕਰ ਸਕੇ ਜੀ। ਮਹਿੰਗਾਈ ਅਤੇ ਨਸ਼ਿਆਂ ਦੀ ਗੱਲ ਕੀਤੀ ਉਹਨਾਂ ਨੇ। ਹਾਂਜੀ ਕੀ ਕਹਿਣਾ? ਹਾਂਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਮੈਂ ਭੁੱਚੋ ਖੁਰ ਦੇ ਰਹਿਣ ਵਾਲਾ, ਇੱਕ ਮਿਸਤਰੀ ਹਾਂ, ਵਰਕਸ਼ਾਪ ਦਾ ਕੰਮ ਕਰਦਾ। ਮੇਰਾ ਮਸਲਾ ਇਹ ਹੈ ਵੀ ਇੱਕ ਤਾਂ ਪਿੰਡ ਦੇ ਵਿੱਚ ਸਿਹਤ ਸਿੱਖਿਆ ਦੀ ਬਹੁਤ ਘਾਟ ਹੈ, ਸਿਹਤ ਦੀ ਵੀ ਸਿੱਖਿਆ ਦੀ ਵੀ, ਹਸਪਤਾਲਾਂ ਦਾ ਬਹੁਤ ਮੰਦਾ ਹਾਲ ਹੈ। ਬਠਿੰਡੇ ਸਰਕਾਰੀ ਹਸਪਤਾਲਾਂ 'ਚ ਇੰਨਾ ਬੁਰਾ ਹਾਲ ਹੈ ਵੀ ਡਾਕਟਰ ਤਾਸ਼ ਖੇਡ ਰਹੇ ਹੁੰਦੇ ਆ ਔਰ ਮਰੀਜ਼ ਸਟੇਸ਼ਨ 'ਤੇ ਪਿਆ ਮਰ ਜਾਂਦਾ। ਕਿ ਕਾਂਗਰਸ ਸਰਕਾਰ ਉਹਨਾਂ ਬਾਰੇ ਕੀ ਕਰ ਰਹੀ ਹੈ, ਕਿੱਥੇ ਬੈਠੀ ਹੈ? ਮੈਂ ਵਜ਼ੀਰ ਜੀ ਨੇ ਦੱਸਿਆ ਵੀ ਏਮਜ਼ ਹਸਪਤਾਲ ਆ ਰਿਹਾ, ਕਿ ਏਮਜ਼ ਹਸਪਤਾਲ ਤੋਂ ਬਣਨ ਤੋਂ ਪਹਿਲਾਂ ਜਿਹੜਾ ਹੁਣ ਦਾ ਸਮਾਂ ਹੈ, ਹੁਣ ਕੀ ਕਰਿਆ ਜਾਊਗਾ ਇਸ ਮਸਲੇ 'ਤੇ? ਦੂਸਰਾ ਸਿੱਖਿਆ ਦਾ ਬਹੁਤ ਘਾਟ ਹੈ, ਕਿਸੇ ਬੱਚੇ ਨੇ ਕੋਈ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਨੇੜੇ ਕੋਈ ਸਰਕਾਰੀ ਕਾਲਜ ਨਹੀਂ ਹੈ, ਮਹਿੰਗੇ ਕਾਲਜ ਆ ਦਿੱਲੀ ਦੇ ਵਿੱਚ, ਉੱਥੇ ਜਾ ਕੇ ਬਹੁਤ ਵੱਡੀਆਂ ਫੀਸਾਂ ਦੇਣੀਆਂ ਪੈਂਦੀਆਂ, ਬਹੁਤ ਜ਼ਿਆਦਾ ਖਰਚੇ ਕਰਨੇ ਪੈਂਦੇ ਆ। ਸੋ ਪਿੰਡਾਂ ਦੇ ਇੰਟੈਲੀਜੈਂਟ ਬੱਚੇ ਉਹ ਫੀਸਾਂ ਨਹੀਂ ਭਰ ਸਕਦੇ ਔਰ ਇਹ ਗੱਲ ਪਿੱਛੇ ਰਹਿ ਜਾਂਦੇ ਆ। ਦੂਸਰੀ ਗੱਲ ਇਹ ਹੈ ਵੀ ਇੱਕ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਕਿਸੇ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਅਧਿਕਾਰ ਨਹੀਂ ਹੈ। ਅੱਜ ਸਾਡੇ ਪਿੰਡ ਦੇ ਵਿੱਚ ਰਾਜਾ ਵੜਿੰਗ ਜੀ ਆਏ ਸੀ, ਉਹਨਾਂ ਨੇ ਇੱਕ ਮੈਨੂੰ ਸਵਾਲ ਕਰਿਆ ਸੀ ਵੀ ਤੁਸੀਂ ਦੱਸੋ ਜੇ ਪਿੰਡ ਦੇ ਵਿੱਚ ਕੋਈ ਕੰਮ ਹੋਇਆ, ਔਰ ਮੈਂ ਉਹਨਾਂ ਨੂੰ ਇੱਕ ਦੋ ਕੰਮ ਗਿਣਾਏ ਔਰ ਮੇਰੇ ਹੀ ਪਿੰਡ ਦੇ ਬੰਦਿਆਂ ਨੇ ਮੈਨੂੰ ਰੋਕ ਲਾ ਦਿੱਤੀ ਕਿ ਤੂੰ ਬੋਲਦਾ ਕਿਉਂ ਹੈ, ਇਹ ਸਾਡਾ ਲੋਕਤੰਤਰ, ਕਿਉਂਕਿ ਇੱਥੇ ਕਿਸੇ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ। ਇਹਨਾਂ ਨੇ ਲੋਕਤੰਤਰ ਦੇ ਉੱਪਰ ਚੋਟ ਕੀਤੀ ਹੈ ਕਿ ਇੱਥੇ ਬੋਲਣ ਦਾ ਅਧਿਕਾਰ ਨਹੀਂ ਹੈ। ਅਤੇ ਦੂਸਰੀ ਗੱਲ ਇਹ ਵੀ ਸਰਕਾਰਾਂ ਦਾ ਜੋ ਬੁਨਿਆਦੀ ਕੰਮ ਕਰਨ ਦੇ ਹੁੰਦੇ ਆ ਕਿ ਵੀ ਸਿਹਤ ਸਿੱਖਿਆ ਅਤੇ ਰੁਜ਼ਗਾਰ, ਰੁਜ਼ਗਾਰ ਦੀ ਗੱਲ ਕਰਦੇ ਆਪਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਜੋ ਹੈ ਉਹ ਛੱਡ ਕੇ ਵਿਦੇਸ਼ਾਂ ਵੱਲ ਕੂਚ ਕਰ ਰਿਹਾ, ਕੀ ਕਾਰਨ ਇਹਦਾ? ਮੈਂ ਜੀ ਪਹਿਲਾਂ ਇੱਥੇ ਅਜੀਤ ਸਮਾਚਾਰ ਪਹੁੰਚਣ 'ਤੇ ਉਹਨਾਂ ਦਾ ਧੰਨਵਾਦ ਕਰਦਾ ਜੀ। ਅਕਾਲੀ ਸਰਕਾਰ 'ਚ ਬਹੁਤ ਭਰਤੀਆਂ ਹੋਈਆਂ, ਬਹੁਤ ਟੀਚਰਾਂ ਨੂੰ ਭਰਤੀਆਂ ਮਿਲੀਆਂ, ਪਰ ਇਹ ਸਰਕਾਰ ਦਾ 2 ਸਾਲਾਂ 'ਚ ਦੇਖੋ ਜ਼ੋਰ ਲੱਗਿਆ ਮੁੰਡਿਆਂ ਦਾ ਵੀ ਆਪਾਂ ਬਦਲ ਭਾਲ ਲਈਏ, ਬਦਲ ਭਾਲੇ, ਬਦਲ ਵੀ ਨਹੀਂ ਆਇਆ। ਪਰ ਇਹਨਾਂ ਨੇ ਹੁਣ ਕੋਈ ਵੀ ਵਾਅਦੇ ਕਰਕੇ ਵੀ ਅਸੀਂ ਨੌਕਰੀ ਘਰ ਕਰ ਦੇਵਾਂਗੇ, ਅਸੀਂ ਟੈਲੀਫੋਨ ਦੇਵਾਂਗੇ, ਅਸੀਂ ਉਹ ਦੇਵਾਂਗੇ, ਕੁਛ ਨਹੀਂ ਕੀਤਾ। ਪਰ ਮੈਂ ਇੱਕ ਗੱਲ ਕਹਿੰਦਾ ਵੀ ਮੈਂ ਫਿਰ ਉਸੇ ਗੱਲ 'ਤੇ ਆ ਜਾਂਦਾ, ਮੈਨੂੰ ਕਹਿ ਦਿੰਦੇ ਵੀ ਬਾਦਲ ਨੇ ਕੀ ਕੀਤਾ, ਸਾਰੇ ਕਹਿ ਦਿੰਦੇ ਆ ਦੁਨੀਆਂ ਨਾਲ ਮੇਰੇ ਸਾਰੇ ਭਰਾ ਖੜੇ ਆ ਸਾਰੇ ਆਮ, ਵੀ ਅਕਾਲੀ ਦਲ ਨੇ ਕੀ ਕੀਤਾ ਵੀ ਵਾਟਰ ਬਾਕਸ ਬਣਾਇਆ ਜੀ ਅਸੀਂ ਕਹਿਤਾ, ਉਹ ਤਾਂ ਜੀ ਵਰਲਡ ਬੈਂਕ ਦੀ ਸਕੀਮ ਸੀ, 50 ਸਾਲ ਪਹਿਲਾਂ ਵਰਲਡ ਬੈਂਕ ਨੂੰ ਜਿੰਦਾ ਲੱਗਿਆ ਵਾ ਸੀ ਵੀ ਅਕਾਲੀ ਸਰਕਾਰ 'ਚ ਹੀ ਬਣਨਾ ਸੀ ਆ ਕੇ, ਹੋਰ ਪਿੰਡਾਂ 'ਚ ਕਿੰਨੇ ਕਿੰਨੇ ਚਿਰ ਦੇ ਬਣੇ ਸੀ। ਪਰ ਮੈਂ ਇੱਕ ਇਹ ਬੇਨਤੀ ਕਰਦਾ ਵੀ ਮੈਨੂੰ ਇੱਕ ਕੰਮ ਕਾਂਗਰਸ ਸਰਕਾਰ ਵਾਲੇ ਇਸ ਪਿੰਡ ਦਾ ਗਿਣਾ ਦੇਣ ਵੀ ਅਸੀਂ ਆਹ ਕੰਮ ਕੀਤਾ, ਪਰ ਅਸੀਂ ਵਾਟਰ ਪਾਰਕ ਵੀ ਬਣਾਇਆ, ਸਕੂਲ ਅਪਗ੍ਰੇਡ ਕੀਤੇ, ਗਲੀਆਂ ਨਾਲੀਆਂ, ਇੱਕ ਕੰਮ ਪੁੱਛ ਦਿਓ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਕਹਿੰਦੇ ਜੀ ਕਾਂਗਰਸ ਸਰਕਾਰ ਨੇ ਕੋਈ ਕੰਮ ਨਹੀਂ ਕਰਵਾਇਆ ਪਿੰਡ ਦੇ ਵਿਕਾਸ ਕਾਰਜਾਂ ਪ੍ਰਤੀ, ਕੀ ਕਹਿਣਾ ਚਾਹੋਗੇ ਜੀ? ਜੌੜਾ ਸਾਹਿਬ ਜਿਵੇਂ ਮੇਰੇ ਵੱਡੇ ਭਾਈ ਸਾਹਿਬ ਬਿੱਟੂ ਜੀ ਨੇ ਕਿਹਾ ਕਿ ਫਿਰ ਨਹੀਂ ਸਾਡੀ ਅਕਾਲੀ ਦਲ ਦੀ ਬਣਾਈ ਹੋਈ ਹੈ, ਬੇਅੰਤ ਸਿੰਘ ਦੀ ਸਰਕਾਰ ਵੇਲੇ ਇਹ ਸੜਕ ਦਾ ਭਲੇਰੀਆ ਮਾਰਗ ਮਹਿੰਦਰ ਸਿੰਘ ਭਲੇਰੀਏ ਦੇ ਰੱਖਿਆ ਗਿਆ ਸੀ, ਇਹ ਸੜਕ ਉਨਾਂ ਹੀ ਬਣਾਈ ਹੋਈ ਸੀ ਜਿਹੜਾ ਸਾਡਾ ਪਿੰਡ ਸਾਰਾ ਹੀ ਕੱਚਾ ਸੀ, ਬੇਅੰਤ ਸਿੰਘ ਦੀ ਸਰਕਾਰ ਵੇਲੇ ਸਾਰੇ ਪਿੰਡ ਦੇ ਵਿੱਚ ਖੜੌਂਜਾ ਲਾ ਕੇ ਪੱਕਾ ਕੀਤਾ ਗਿਆ ਇਹਨੂੰ। ਇਹਨਾਂ ਦੀ ਹੁਣ 10 ਸਾਲ ਸਰਕਾਰ ਰਹੀ ਹੈ ਅਕਾਲੀ ਦਲ ਦੀ, ਸਾਡਾ ਇੱਕ ਤਾਂ ਮੇਨ ਰਸਤਾ ਸਕੂਲ ਦਾ, ਬੱਚੇ ਸਕੂਲ ਪੜ੍ਹ ਜਾਂਦੇ, ਇੱਕ ਸਾਡੇ ਮਸੀਤ ਵਾਲਾ ਮੇਨ ਰਸਤਾ ਹੈ, ਇਹਨਾਂ ਨੇ ਜਿਹੜੀਆਂ ਸੜਕਾਂ ਬਣੀਆਂ ਵੀ ਅਸੀਂ ਪਿੰਡ ਦੀਆਂ ਉਹ ਵੀ ਪੱਟ ਕੇ ਰੱਖਦਿਆਂ ਉਹਦਾ ਮੌਕਾ ਦੇਖਿਆ ਸਕਦਾ, ਜੋ ਕਿ ਹਜੇ ਵੀ ਖੜੌਂਜਾ ਨਹੀਂ ਲੱਗਿਆ, ਇੱਕ ਮੇਨ ਰਸਤੇ 'ਚ ਪੱਟ ਕੇ ਦੁਬਾਰੇ ਲਾਤਾ ਤਾਂ ਇਹਨੂੰ ਖੜੌਂਜਾ ਗਿਣਿਆ ਜਾਂਦਾ ਹੈਗਾ। ਜਿਹੜੀ ਹੈਗੀ ਨਸ਼ੇ ਪ੍ਰਤੀ ਗੱਲ, ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਮਹਾਰਾਜ ਸਾਹਿਬ ਅੱਜ ਹੀ ਕਰ ਦੇਣਗੇ, ਉਹਨਾਂ ਦੀ ਕੋਸ਼ਿਸ਼ ਜਾਰੀ ਹੈ, ਕਿੰਨੇ ਸਮਗਲਰ ਉਹਨਾਂ ਨੇ ਫੜ ਲਏ ਨਸ਼ੇ ਵਾਲੇ, ਚਿੱਟੇ ਵਾਲੇ, ਹਰ ਰੋਜ਼ ਆਪਾਂ ਖਬਰਾਂ ਪੜ੍ਹਦੇ ਹਾਂ, ਫੁੱਲ ਕਾਰਵਾਈ ਕਰੀ ਜਾਂਦੇ ਆ, ਕਰਨਗੇ, ਹਜੇ ਤਾਂ 2 ਸਾਲ ਹੀ ਹੋਇਆ, ਬਾਦਲ ਸਾਹਿਬ ਨੇ 10 ਸਾਲ 'ਚ ਹੀ ਕਰਤਾ, ਚਿੱਟਾ ਤਾਂ ਇਹਨਾਂ ਦੇ ਚਲਾਇਆ ਵਾ ਸੀ, ਹੌਲੀ ਹੌਲੀ ਰੁਕਿਆ ਜਾਊ ਇਹ। ਹਾਂਜੀ ਸਾਡੇ ਵਿੱਚ ਦੁਬਾਰਾ ਕਿਸਾਨ ਨੇਤਾ ਅਮਰਜੀਤ ਸਿੰਘ ਹਣੀ। ਦੇਖੋ ਜੀ ਮੈਂ ਹੀ ਨਹੀਂ ਕਹਿੰਦਾ, ਦਮਦਨਾ ਸਭ ਕੰਨੀ ਹੱਥ ਕਰਕੇ ਕਿਹਾ ਸੀ ਕਿ ਜਿਹੜਾ ਆਮ ਬੰਦਾ ਕਹਿੰਦਾ ਮੈਂ 4 ਹਫ਼ਤਿਆਂ 'ਚ ਬੰਦ ਨਸ਼ਾ ਕਰ ਦੂੰ, ਰਾਜਾ ਕਹਿੰਦਾ ਸੀ, ਉਹਨੂੰ ਕਿਹੜਾ ਕਿਸੇ ਨੇ ਕਿਹਾ ਸੀਗਾ? ਚੋਰਾਂ ਨਾਲ ਕੁੱਤੀ ਰਲੀ ਆ, ਜਦੋਂ ਰਾਜੇ ਨੂੰ ਪਤਾ ਸੀ ਚੋਣਾਂ ਤੋਂ ਪਹਿਲਾਂ ਵੀ ਮਜੀਠੀਆ ਨਸ਼ੇ ਦਾ ਸੌਦਾਗਰ ਆ, ਗੱਲ 'ਚ ਹੱਥ ਕਿਉਂ ਨਹੀਂ ਪਾਇਆ ਬਈ? ਜਾਣੀ ਕਿ ਸਾਡੇ ਜਵਾਕ ਮਰਾਉਣ ਵਾਲੇ ਸਾਰੇ ਅਕਾਲੀ ਕਾਂਗਰਸੀ। ਦੂਜਾ ਜਿਹੜਾ ਬੁਨਿਆਦੀ ਮੁੱਦਿਆਂ ਦੀ ਗੱਲ ਕਰਦੇ ਹਾਂ ਵੀ ਬੁਨਿਆਦੀ ਮੁੱਦੇ ਚੁਣਦੇ ਲੋਕ ਤਾਂ ਹੁੰਦੇ ਆ, ਸਰਕਾਰ ਨੂੰ ਖਜ਼ਾਨੇ 'ਚ ਪੈਸਾ ਭੇਜਦੇ ਆ, ਕੋਈ ਸਾਨ ਨਹੀਂ ਕਰਦੇ। ਜੇ ਸੜਕ ਬਣਾਈ ਆ, ਗਲੀ ਨਾਲੀ ਬਣਾਈ,
ਪੰਜ ਸਾਲ ਪਹਿਲਾਂ ਉਹਨਾਂ ਨੇ ਬੁੱਧੂ ਬਣਾ ਕੇ ਰੱਖਿਆ ਅਤੇ ਆਹ ਦੋ ਸਾਲ ਸਾਨੂੰ ਉੱਲੂ ਬਣਾ ਗਏ ਅਤੇ ਜਿਹੜੇ ਹੁਣ ਵਾਲੇ ਆ ਇਹਨਾਂ ਨੇ ਪਤਾ ਨਹੀਂ ਸਾਡੇ ਨਾਲ ਕੀ ਕਰਨਾ। ਸਾਨੂੰ ਤਾਂ ਡਰ ਵੀ ਸਾਡੇ ਜਵਾਕ ਵਾਜਣ, ਸਾਡੇ ਬਜ਼ੁਰਗ ਵਾਜਣ, ਸਾਨੂੰ ਇਹਦੇ ਉੱਤੇ ਕੁਛ ਨਹੀਂ ਚਾਹੀਦਾ। ਤਾਂ ਆਮ ਆਦਮੀ ਪਾਰਟੀ ਦੇ ਲਕਸ਼ਮਣ ਸ਼ਰਮਾ ਜੀ, ਜਿਹੜੇ ਤੁਸੀਂ ਰੁਜ਼ਗਾਰ ਦੀ ਅਤੇ ਸਿੱਖਿਆ ਦੀ ਗੱਲ ਕਰਦੇ ਸੀ, ਅਸੀਂ ਦੇਖਦੇ ਹਾਂ ਦੇਖਦੇ ਨਹੀਂ, ਮੈਂ ਤਾਂ ਕਹਿਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਇਹ ਬੁੱਢਾ ਪੰਜਾਬ ਬਣ ਜਾਏਗਾ, ਕਿਉਂਕਿ ਮੈਂ ਥੋੜ੍ਹਾ ਔਨਲਾਈਨ ਦਾ ਕੰਮ ਕਰਦਾ ਅਤੇ ਇੱਕ ਟੀਚਰ ਵੀ ਹਾਂ। ਮੈਂ ਦੇਖਦਾ ਕਿ ਬੱਚੇ ਆ ਜਿਹੜੇ ਉਹ ਪਲੱਸ ਟੂ ਪਾਸ ਕਰਨ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ। ਜਿਹੜੇ ਆਈਲੈਟਸ ਨਹੀਂ ਕਰ ਸਕਦੇ ਉਹ ਕੋਈ ਨਾ ਕੋਈ ਵਿਆਹ ਦਾ ਜਾਂ ਚੰਗੀ ਪੜ੍ਹੀ ਲਿਖੀ ਲੜਕੀ ਨਾਲ ਵਿਆਹ ਕਰਾ ਕੇ ਆਈਲੈਟਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਨੌਜਵਾਨਾਂ ਨੂੰ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਨਹੀਂ ਹੈ, ਪੰਜਾਬ ਦੇ ਵਿੱਚ ਕੋਈ ਸਿਸਟਮ ਨਹੀਂ ਹੈ। ਮੈਂ ਇੱਕ ਐਡ ਆਉਂਦੀ ਹੈ ਅੱਜ ਕੱਲ੍ਹ ਕਿ ਕੈਪਟਨ ਸਰਕਾਰ ਵਾਧਾ ਪੰਜਾਬ, ਪਤਾ ਨਹੀਂ ਕਿੱਥੇ ਵੱਧ ਗਿਆ। ਮੈਂ ਬਾਦਲ ਸਰਕਾਰ ਦੇ ਵਿੱਚ ਆਰ ਸੀ ਬਣਾਈ ਸੀ, 6,000 ਲੈਤਾ ਦਲਾਲ ਨੇ ਪਲੱਸ ਖਰਚਾ, ਹੁਣ ਬਣਾਈ ਹੈ ਉਹ 7,000 ਹੋ ਗਿਆ। ਕੀ ਇਹ ਵਾਧਾ ਪੰਜਾਬ ਹੈ? ਪਤਾ ਨਹੀਂ ਕਿਤੇ ਇਹ ਕਿਹੜੇ ਲੋੜ ਦਾ ਵਾਧਾ ਪੰਜਾਬ ਹੈ। ਇੱਥੇ ਕੋਈ ਰੁਜ਼ਗਾਰ ਨਹੀਂ, ਨੌਜਵਾਨ ਹੈ ਜਿਹੜੇ ਉਹ ਧੜਾ ਧੜ ਵਿਦੇਸ਼ਾਂ 'ਚ ਜਾ ਰਹੇ ਨੇ। ਪਰ ਮੈਂ ਇੱਕ ਗੱਲ ਹੋਰ ਰੱਖੂੰਗਾ ਕਿ ਸਾਡੇ ਦਰਮਿਆਨ ਆਪ ਦੀ ਸਰਕਾਰ ਹੈ ਦਿੱਲੀ, ਦਿੱਲੀ ਸਰਕਾਰ ਨੇ ਇੰਨੇ ਵਧੀਆ ਸਕੂਲ ਬਣਾਏ ਨੇ ਜਿਹੜੇ ਕਿ ਮਾਡਲ ਸਕੂਲਾਂ ਨੂੰ ਮਾਤ ਪਾਉਂਦੇ ਨੇ। ਦਿੱਲੀ ਸਰਕਾਰ ਹੈ ਜਿਹੜੀ 2,500 ਰੁਪਇਆ ਮਹੀਨਾ ਪੈਨਸ਼ਨ ਦੇ ਰਹੀ ਹੈ। ਦਿੱਲੀ ਸਰਕਾਰ ਹੈ ਜਿਹੜੀ ਉਹ ਮੁਆਵਜ਼ਾ ਦੇ ਕੇ ਹਟੀ ਹੈ 20,000 ਰੁਪਇਆ, ਜਿੱਥੇ ਕਿ ਸਾਡੀ ਕਿਸਾਨ ਹਮਾਇਤੀ ਸਰਕਾਰ ਕਹਾਉਣ ਵਾਲੀ ਬਾਦਲ ਸਰਕਾਰ ਨੇ 8,000 ਦਿੱਤਾ ਸੀ। ਸਾਡੀ ਦਿੱਲੀ ਸਰਕਾਰ ਕੇਜਰੀਵਾਲ ਸਾਹਿਬ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਜਾ ਰਹੇ ਨੇ, ਤੁਸੀਂ ਆਪ ਹੀ ਪਹਿਲਾਂ ਦੱਸ ਚੁੱਕੇ ਹੋ ਕਿ ਉੱਥੇ ਕਣਕ ਦਾ ਇਹ ਰੇਟ ਹੈ। ਤੋ ਜਿਹੜੀਆਂ ਇਹ ਸਰਕਾਰਾਂ ਨੇ ਸਿਰਫ ਗੱਪਾਂ ਦੇ ਸਿਰ 'ਤੇ ਨੇ, ਨੌਜਵਾਨ ਇਹਨਾਂ ਗੱਪਾਂ ਨੂੰ ਪਕੜ ਚੁੱਕੇ ਨੇ, ਇਸ ਲਈ ਧੜਾ ਧੜਾ ਜਿਹੜੇ ਉਹ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ। ਹਾਂਜੀ, ਦਿੱਲੀ ਦੇ ਵਿੱਚ ਸਿੱਖਿਆ ਅਤੇ ਸਿਹਤ ਦੀ ਗੱਲ ਕੀਤੀ ਹੈ। ਮੈਂ ਨਾ ਪੁਰਾਣੀ ਗੱਲ ਦੀ ਰਿਪੀਟ ਕਰੂੰਗਾ ਜੀ, ਜਿਵੇਂ ਸਾਡੇ ਆਮ ਆਦਮੀ ਪਾਰਟੀ ਦੇ ਲਕਸ਼ਮਣ ਸਿੰਘ ਜੀ ਨੇ ਬੋਲਿਆ ਕਿ ਮੈਂ ਆਰ ਸੀ ਬਣਾਈ, ਅਕਾਲੀ ਸਰਕਾਰ 'ਚ 6,000 ਦੀ ਬਣੀ ਅਤੇ ਕਾਂਗਰਸ ਸਰਕਾਰ ਆਉਣ 'ਤੇ 7,000 ਦੀ ਬਣੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਹ ਸਾਰਾ ਨੁਕਸਾ ਜਿਹੜਾ ਇਹ ਆਪਣੇ 'ਚ ਹੀ ਹੈ? ਆਪਾਂ ਨੂੰ ਇਹ ਹੁੰਦਾ ਵੀ ਜਦੋਂ ਆਪਾਂ ਚੀਜ਼ ਅਪਲਾਈ ਕਰਤੀ ਉਹ ਆਪਾਂ ਨੂੰ 2-3 ਮਿੰਟਾਂ ਬਾਅਦ ਹੀ ਆਪਣੀ ਜੇਬ 'ਚ ਪੈ ਜੇ? ਦੇਖੋ ਜੀ, ਇੱਕ ਉਦਾਹਰਨ ਤੌਰ 'ਤੇ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਜੇ ਆਪਾਂ ਰਾਤ ਨੂੰ ਘਰ ਰੋਟੀ ਵੀ ਖਾਂਦੇ ਹਾਂ, ਆਪਾਂ ਸਬਜ਼ੀ ਬਣਾਉਣੇ ਆ, ਰੋਟੀ ਪਕਾਉਣੇ ਆ, ਸਲਾਦ ਚੀਰਦੇ ਹਾਂ, ਦਹੀਂ ਬਣਾਉਣੇ ਆ, ਟਾਈਮ ਤਾਂ ਲੱਗਦਾ ਹੀ ਆ, ਹਰੇਕ ਚੀਜ਼ ਦਾ ਪ੍ਰੋਸੈਸ ਹੁੰਦਾ। ਅਤੇ ਦੂਜੀ ਗੱਲ ਕੀ ਹੈ, ਰੋਟੀ ਆਪਾਂ ਢਾਬੇ ਤੋਂ ਲਿਆ ਕੇ ਨਾਲ ਦੀ ਨਾਲ ਵੀ ਖਾ ਸਕਦੇ ਹਾਂ ਜੀ, ਅਤੇ ਪੈਸੇ ਲੱਗਦੇ ਆ। ਸੋ ਇਹ ਕੋਈ ਗੱਲ ਨਹੀਂ, ਨਾ ਕੋਈ ਸਰਕਾਰ 'ਚ ਪੈਸਾ ਚੱਲਦਾ, ਨਾ ਕੋਈ ਰਿਸ਼ਵਤ ਖੋਰ ਹੈ। ਦੇਖੋ, ਹਰੇਕ ਘਰ 'ਚ ਵੀ, ਹਰੇਕ ਪਿੰਡ 'ਚ ਵੀ ਐਸੇ ਬੰਦੇ ਜਾਂ ਕੋਈ ਐਸੀਆਂ ਗੱਲਾਂ ਹੁੰਦੀਆਂ ਜਿਹੜੇ ਕੋਈ ਜਲਦੀ ਕੰਮ ਦੇ, ਕੋਈ ਆਪਦੇ ਕੋਈ ਵਾਧੇ ਚਾਧੇ ਰੁਪਈਏ ਲੈ ਕੇ ਉਹ ਕਰਦੀਆਂ। ਸੋ ਐਸੀ ਕੋਈ ਵੀ ਗੱਲ ਨਹੀਂ, ਨਾ ਕੋਈ ਉਹ ਸਰਕਾਰ 'ਚ, ਨਾ ਮੈਂ ਇਹਨਾਂ ਦੀ ਕਹਾਂਗਾ ਵੀ, ਨਾ ਕੋਈ ਕਾਂਗਰਸ ਸਰਕਾਰ ਦਾ। ਦੂਜੀ ਗੱਲ ਮੈਂ ਬਾਈ ਜੀ ਦੀ ਕਰਨਾ ਚਾਹੁੰਦਾ ਵੀ ਸਵਾਮੀਨਾਥ ਜਿਹੜੀ ਰਿਪੋਰਟ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਇਹ ਮਤਲਬ ਸੈਂਟਰ ਸਰਕਾਰ ਕਹਿੰਦੀ ਉਹ ਹਾਈ ਕੋਰਟ ਦੇ ਵਿੱਚ, ਬਾਈ ਜੀ ਇੱਕ ਮਿੰਟ ਗੱਲ ਸੁਣ ਲਓ, ਸੁਪਰੀਮ ਕੋਰਟ ਦੇ ਵਿੱਚ ਜੋ ਕੋਈ ਉਹ ਦਾਇਰ ਕੀਤੀ ਹੋਈ ਹੈ ਵੀ ਉਹਦੇ 'ਚ ਵਾਧਾ ਨਾ ਹੋਵੇ। ਮੈਂ ਵੀਰ ਨੂੰ ਵੱਡੇ ਭਰਾ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਉਹਦੀ ਨੌਲੇਜ ਵਾਸਤੇ ਵੀ, ਜੇ ਕੋਈ ਵੀ ਬਿੱਲ ਪਾਸ ਹੁੰਦਾ ਸਾਰਿਆਂ ਤੋਂ ਪਹਿਲਾਂ ਤਾਂ ਉਹ ਜੇ ਕੋਈ MP ਜਾਂ ਕੋਈ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚੋਂ ਪਾਸ ਹੋ ਕੇ ਜਾਂਦਾ ਤਾਂ ਉਹਨਾਂ ਦਾ ਇਕੱਠਾ ਸਾਂਝਾ ਬਿੱਲ ਜਿਹੜੀ ਉਹ ਰਿੱਟ ਪੈਂਦੀ ਹੈ ਸੁਪਰੀਮ ਕੋਰਟ ਦੇ ਵਿੱਚ ਪੈਂਦੀ ਹੈ। ਜਿਹੜੀ ਸਵਾਮੀਨਾਥਨ ਰਿਪੋਰਟ ਹੈ ਉਹ ਸਿਰਫ ਲਾਗੂ ਕਰਨ ਦੀ ਗੱਲ ਹੈ, ਉਹਦੇ 'ਚ ਵਾਧਾ ਕਰਨ ਦੀ ਕੋਈ ਗੱਲ ਨਹੀਂ। ਲਾਗੂ ਕਰਨ ਦੀ ਗੱਲ ਹੈ, ਇੱਕ ਮਿੰਟ ਦੀ ਗੱਲ ਕਰ ਲੈਂਦੇ, ਲਾਗੂ ਕਰਨ ਦੀ ਗੱਲ ਹੋਈ ਹੈ ਜਦੋਂ ਸਰਕਾਰ ਦੁਬਾਰੇ ਰਿਪੀਟ ਹੋਊਗੀ BJP ਦੀ, ਤਾਂ ਜ਼ਰੂਰ ਇਹ ਜਿਹੜੀ ਸਵਾਮੀਨਾਥਨ ਰਿਪੋਰਟ ਹੈ ਲਾਗੂ ਕੀਤੀ ਜਾਊਗੀ। ਜੋ ਕੋਈ ਵਾਧੇ ਦੀ ਗੱਲ ਹੈ ਉਹ ਦੁਬਾਰੇ ਬਿੱਲ ਪਾਸ ਹੋਊਗਾ, ਉਹ 'ਤੇ ਵਿਚਾਰਿਆ ਜਾਊਗਾ ਵੀ ਇਹਦੇ ਵਿੱਚ ਹੋਰ ਕੋਈ ਚੀਜ਼ ਵਾਧਾ ਕਰਨ ਦੀ ਲੋੜ ਹੈਗੀ ਹੈ ਕਿ ਹੈ ਨਹੀਂ। ਧੰਨਵਾਦ ਜੀ। ਮੁੱਦੇ ਬਰਕਰਾਰ ਨੇ, ਸਮੱਸਿਆਵਾਂ ਬਰਕਰਾਰ ਨੇ, ਪਾਰਟੀਆਂ ਲੋਕਤੰਤਰ ਦੇ ਵਿੱਚ ਜਿੱਤਦੀਆਂ ਆਈਆਂ, ਪਾਰਟੀਆਂ ਹਾਰਦੀਆਂ ਆਈਆਂ, ਸਰਕਾਰਾਂ ਬਣਦੀਆਂ ਆਈਆਂ, ਸਰਕਾਰਾਂ ਢਹਿੰਦੀਆਂ ਰਹੀਆਂ, ਪਰੰਤੂ ਜੇ ਲੋੜ ਹੈ, ਸਥਿਰਤਾ ਦੀ ਲੋੜ ਹੈ ਤਾਂ ਉਹ ਹੈ ਸਾਡੇ ਭਾਈਚਾਰਕ ਸਾਂਝ ਦੀ, ਸਾਡੇ ਆਪਸੀ ਸਹਿਚਾਰ ਦੀ, ਪਿਆਰ ਦੀ, ਸਹਿਚਾਰ ਦੀ। ਇਸ ਕਰਕੇ ਅਸੀਂ ਤਾਂ ਇਹੀ ਉਮੀਦ ਜਤਾਵਾਂਗੇ ਕਿ ਪੰਛੀ ਕਿਉਂ ਗੁੰਮਸੁੰਮ ਨੇ, ਪੱਤੇ ਕਿਉਂ ਚੀਖ ਰਹੇ, ਪੰਛੀ ਕਿਉਂ ਗੁੰਮਸੁੰਮ ਨੇ, ਪੱਤੇ ਕਿਉਂ ਚੀਖ ਰਹੇ, ਆਓ ਮਿਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇ, ਇਹ ਮੌਸਮ ਠੀਕ ਰਹੇ। ਅਜੀਤ ਵੈਬ TV ਤੋਂ ਮੈਂ ਪਰਵਿੰਦਰ ਸਿੰਘ ਜੋੜਾ ਆਪਣੇ ਸਾਥੀ ਨੈਬ ਸਿੰਘ ਸਿੱਧੂ ਜੀ ਨਾਲ ਪਿੰਡ ਭੁੱਚੋ ਖੁਰਦ ਹਲਕਾ ਲੋਕ ਸਭਾ ਬਠਿੰਡਾ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।